नाम श्री गुरु जी। एक ओंकार सतनाम करता पुरख निरपो निरवैर अकाल मूरत अजूनी सैपं गुर प्रसाद जप आद सच जुगाद सच हैपी सच नानक होसी भी सच बहुगुण मेरे साहिब पाई हो तिसके बल जाओ ओह निर्गुण यारे पालदा भाई दे निथावे थाओ नासरो मंसूर गुर गोबिंद सिंह एज दी मंजूर गुर गोबिंद सिंह देश चाल हम ते पुन पई देश चाल हम ते पुन पई शहर पाम ढाकी सुध लई जी। श्री वाहिगुरु जी एक ओंकार सतगुर प्रसाद जाप श्री मुख वाक पातशाही दसवीं छपै संद तप प्रसाद चक्कर चिहन अर वर्ण जात अर पात नहन जह रूप रंग अर रेख रेख कोई कहना सख्त कहे अचल मूर्त अनुभव प्रकाश अनतोज कहजै कोट इंद्र इंद्राण साहो सहाण गणिजै त्रिपवन महीप सुर नर असुर नेत नेत बन तृण कहत तब सर्व नाम कथा कवन कर्म नाम वर्णत समत वाहिगुरु जी का खालसा वाहिगुरु जी की फतेह। परम सत्कार सम्मान योग गुरु रूप खालसा सात संगत जीओ साहिबे कमाल श्री गुरु ग्रंथ साहिब जी साहिबे जमाल श्री गुरु ग्रंथ साहिब जी सर्वरे कायनात श्री गुरु ग्रंथ साहिब जी
ਕੁੱਲ ਆਲਮ ਦੇ ਸੁਲਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੀਰਾਨ ਪੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੀਰਾਨ ਮੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ ਦੇ ਸਮਰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਨਾਰਾਇਣ ਕਲਾ ਧਾਰ ਜਗ ਮਹੇ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਤਨ ਤਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਂਪੁਰਸ਼ਾਂ ਦੇ ਪਾਵਨ ਅਸਥਾਨ 'ਤੇ ਗੁਰੂ ਚਰਨਾਂ ਨਾਲ ਆਪਣਾ ਮਨ ਚਿੱਤ ਜੋੜਦਿਆਂ ਹੋਇਆਂ ਆਪ ਨੇ ਪਰੰਪਰਾਇਕ ਕੀਰਤਨ, ਪੁਰਾਤਨ ਕੀਰਤਨ, ਮਰਿਆਦਾਇਕ ਕੀਰਤਨ, ਟਕਸਾਲੀ ਕੀਰਤਨ ਸਰਵਨ ਕੀਤਾ ਹੈ, ਆਨੰਦ ਮਾਣਿਆ ਹੈ। ਇਹ ਮਾਲਕ ਦੀਆਂ ਬਖਸ਼ਿਸ਼ਾਂ ਹਨ। ਜਿਤਨੀ ਜਿਤਨੀ ਕਿਸੇ ਨੂੰ ਉਹ ਬਖਸ਼ਿਸ਼ ਕਰੇ, ਉਤਨੀ ਉਤਨੀ ਹੀ ਕੋਈ ਉਹਦੇ ਪਾਸੋਂ ਦਾਤ ਪ੍ਰਾਪਤ ਕਰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਮੁਤਾਬਿਕ ਕਾਲੀ ਨਾਗ ਨੇ ਭਗਵਾਨ ਕ੍ਰਿਸ਼ਨ ਜੀ ਨੂੰ ਜਦੋਂ ਉਹਨਾਂ ਨੇ ਹੁਕਮ ਕੀਤਾ, ਕਾਲੀ ਤੂੰ ਜਮਨਾ ਵਿੱਚ ਜ਼ਹਿਰ ਘੋਲ ਦਿੱਤਾ, ਤੈਨੂੰ ਇੱਥੇ ਨਹੀਂ ਰਹਿਣਾ ਚਾਹੀਦਾ, ਇਹ ਥਾਂ ਇਹ ਇਲਾਕਾ ਛੱਡ ਜਾ, ਨਹੀਂ ਤਾਂ ਤੈਨੂੰ ਅਸੀਂ ਖਤਮ ਕਰ ਦੇਵਾਂਗੇ। ਤਾਂ ਕਾਲੀ ਨਾਗ ਨੇ ਅਰਜ਼ ਕੀਤੀ ਸੀ, ਹੇ ਪ੍ਰਭੂ, ਹੇ ਭਗਵਾਨ, ਜੇ ਆਪ ਮੇਰੇ ਅੰਦਰ ਅੰਮ੍ਰਿਤ ਭਰ ਦਿੰਦੇ ਤਾਂ ਮੈਂ ਜਮਨਾ ਦੇ ਪਾਣੀ ਵਿੱਚ ਜ਼ਹਿਰ ਕਿਉਂ ਫੈਲਾਂਦਾ, ਫਿਰ ਤਾਂ ਮੈਂ ਅੰਮ੍ਰਿਤ ਹੀ ਬਖੇਰਦਾ ਔਰ ਜਮਨਾ ਦਾ ਇਹ ਸਾਰਾ ਪਾਣੀ ਅੰਮ੍ਰਿਤ ਹੋ ਜਾਂਦਾ। ਆਪਨੇ ਮੇਰੇ ਅੰਦਰ ਜ਼ਹਿਰ ਹੀ ਪੈਦਾ ਕੀਤੀ ਏ, ਇਸ ਲਈ ਮੈਂ ਜ਼ਹਿਰੀਲਾ ਹਾਂ ਅਤੇ ਫਿਰ ਮੈਂ ਜ਼ਹਿਰ ਹੀ ਬਖੇਰ ਸਕਦਾ ਹਾਂ, ਜ਼ਹਿਰ ਹੀ ਵੰਡ ਸਕਦਾ ਸਾਂ। ਭਗਵਾਨ ਕਾਲੀ ਨਾਗ ਦਾ ਜਵਾਬ ਸੁਣ ਕੇ ਮੁਸਕਰਾਏ ਅਤੇ ਫਿਰ ਆਪਨੇ ਆਖਿਆ, ਕਾਲੀ ਨਾਗ, ਸਵਾਲ ਤਾਂ ਤੂੰ ਠੀਕ ਕੀਤਾ ਹੈ, ਪਰ ਜੇ ਪ੍ਰਭੂ ਨੇ ਕਿਸੇ ਜੀਵਨ ਅੰਦਰ ਜ਼ਹਿਰ ਭਰ ਦਿੱਤਾ ਹੈ ਤਾਂ ਇਹਦਾ ਇਹ ਮਤਲਬ ਨਹੀਂ ਕਿ ਉਹ ਆਪ ਤਾਂ ਇਸ ਜ਼ਹਿਰ ਨੂੰ ਧਾਰਨ ਕਰਕੇ ਜੀਵਨ ਬਤੀਤ ਕਰਦਾ ਰਹੇ ਪਰ ਬਾਕੀ ਲੋਕਾਂ ਨੂੰ ਆਪਣੇ ਜ਼ਹਿਰ ਦੇ ਨਾਲ ਡਸ ਕੇ ਦੂਸਰਿਆਂ ਦਾ ਜੀਵਨ ਆਪ ਲੈ ਲਵੇ, ਇਸ ਲਈ ਮੁਨਾਸਬੇ ਹੋਈ ਹੈ। ਤੈਨੂੰ ਇੱਥੋਂ ਜਾਣਾ ਚਾਹੀਦਾ, ਸਮਾਂ ਆਵੇਗਾ ਤੇਰੇ ਅੰਦਰ ਪ੍ਰਭੂ ਅੰਮ੍ਰਿਤ ਵੀ ਪੈਦਾ ਕਰ ਦੇਣਗੇ, ਕਿਉਂਕਿ ਜੋ ਮਨੁੱਖਤਾ ਦਾ, ਇਨਸਾਨੀਅਤ ਦਾ, ਲੋਕਾਈ ਦਾ, ਖਲਕ ਦਾ ਭਲਾ ਕਰਦਾ ਹੈ ਪਾਰ ਬ੍ਰਹਮ ਪਰਮੇਸ਼ੁਰ, ਉਹਦਾ ਆਪਣਾ ਭਲਾ ਤਾਂ ਆਪਣੇ ਆਪ ਹੀ ਕਰ ਦਿੰਦੇ ਹਨ। ਤੋ ਇਹ ਬਖਸ਼ਿਸ਼ਾਂ ਹਨ ਇਹ ਦਾਤਾ ਨੇ। ਪਰ ਹੁਣ ਤਾਂ ਜਿੱਥੇ ਵੀ ਜਦੋਂ ਵੀ ਕੀਰਤਨ ਸੁਣੀਏ, ਸਿਨਮੇ ਦੀਆਂ ਟਿਊਨਾਂ ਕੰਨਾਂ ਵਿੱਚ ਜ਼ਿਆਦਾ ਪੈਂਦੀਆਂ ਨੇ, ਪਰ ਇਹ ਪਰੰਪਰਾਇਕ ਕੀਰਤਨ ਜੋ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸਾਹਿਬਾਨਾਂ ਦੀ ਪਰੰਪਰਾ ਵਾਲਾ ਕੀਰਤਨ ਹੈ, ਕਦੇ ਕਦੇ ਉਹਨਾਂ ਮਹਾਨ ਗੁਣੀਆਂ ਤੋਂ ਸੁਣਨ ਦਾ ਮੌਕਾ ਮਿਲਦਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਿੱਤਰ ਨਾਟਕ ਦੇ ਇਹ ਸ਼ਬਦ, ਦੇਸ ਚਾਲ ਹਮ ਤੇ ਪੁੰਨ ਭਈ ਸ਼ਹਿਰ ਪਾਮਟਾ ਕੀ ਸੁਧ ਲਈ, ਇਹ ਉਹਨਾਂ ਦੇ ਇਲਾਹੀ ਸ਼ਬਦ ਹਨ ਜੋ ਉਹਨਾਂ ਨੇ ਆਪਣੀ ਆਤਮ ਕਥਾ ਦੇ ਦਰਮਿਆਨ ਆਪਣੀ ਕਲਮ ਦੇ ਨਾਲ ਲਿਖੇ ਨੇ ਕਿ ਵਕਤ ਆਇਆ, ਸਮਾਂ ਆਇਆ, ਉਹ ਜੋ ਸੁਹਾਵਨਾ ਅਸਥਾਨ ਹੈ, ਆਨੰਦ ਦਾ ਕੇਂਦਰ ਆਨੰਦਪੁਰ ਹੈ, ਸਾਰੀ ਮਨੁੱਖਤਾ ਲਈ ਆਨੰਦਪੁਰ ਆਨੰਦ ਦਾ ਦਾਤਾ ਹੈ, ਆਨੰਦਪੁਰ ਆਨੰਦਤਾ ਦਾ ਪ੍ਰਤੀਕ ਹੈ। ਆਨੰਦਪੁਰ ਨੇ ਸਿੱਖੀ ਨੂੰ, ਮਨੁੱਖਤਾ ਨੂੰ
एक ऐसे आनंद दी दात बख्शी है जिसनू आरे भी मिटा नहीं सके, चरखड़ियां भी खो नहीं सकिया, तोपां दे खोले भी जिस आनंद नू डोल नहीं सके, रोड़ नहीं सके, ते बंद बंद कटन तो भी जो आनंद बने आ रहा, खोपर लहन तो भी जो आनंद बने आ रहा, ऐसे ही आनंद दा दाता है आनंदपुर। ताइयों दरबारी कवि मंगल जी ने कहा सी, चाहिए जे आनंद तो आनंदपुर आई है। दरबारी कवि मंगल, दुनिया दे लोगो जे इस गम खाने संसार अंदर जिथे चार चफेरे आहां दा धुआं उठदा है, दुखां दी अग्नि दे विच लोग सड़ते पुज रहे ने, इस दुनिया विच गम खाने विच जे आनंद प्राप्त करना चाहते हो, आओ आनंदपुर पहुँच के दशमेश पिता जी दे कदमां दी शोह प्राप्त कर लवो, तुहानू आनंदपुर तुहानू आनंद प्राप्त होवेगा, तुहानू खुशी ते खेड़ा प्राप्त होवेगा। ता उस वक्त सिखां दी चढ़दी कला सी, क्योंकि एक जथेबंदी नू एक मनुख नू साजदियां साजदियां एक पीढ़ी नहीं एक रूप नहीं पूरियां दस पीढ़ियां गुजर गईयां सन। दसवें रूप विच पूरा रंग रूप निखार दिता सी, हर चीज़ तैयार कर दिती सी, जिवें ये अस्थान बन रहा है, ते जेड़ा जेड़ा हिस्सा मुकम्मल हो गया है वह संगतां दे दर्शन दीदार लई खोल दिता गया है, जिदे विच अजे कमी है उन्हों संवारिया जा रहा है। दशमेश पिता जी ने सिख दे जीवन नूं मुकम्मल कर दिता, संवार दिता, तो सुभाविक सी फिर चढ़त तो होनी ही सी। चढ़दी कला दा ए समां ते वक्त सी, ते पहाड़ी राजियां ते नाल रोज़ छेड़छाड़ शुरू हो जांदी सी। ये छेड़छाड़ राजे खुद करदे सन, किसी भी तरह गुरु गोबिंद सिंह जी नूं विचलित करके ते फिर उन्हां दे उपर हमला किया जा सके। वर्ल्ड हिस्टरी पढ़िए ते पता लगता है, जिस वेले हिटलर ने हमला किया सी पोलैंड ते, सब तो पहला हमला वास्तव विच ओह हमला तो हिटलर ने किया सी, पर बहाना बनाया, अपने फौजी उतार के अपने ही देश के लोगों के सामने ये गल पेश करन दी कोशिश कर की थी भी ये पोलैंड के लोगों ने हमला किया है, असा तो बचाओ करन दी कोशिश की थी है, हमला पोलैंड वालिया ने किया है, असी तो जवाब दिता है, पर वास्तव विच हमला हिटलर ने किया सी। तां बेनती की जा रही है, असी जो विचार कर रहे सां इस ख्याल नाल विचार नाल 1971 विच भारत दे लोगों ने वक्त दे हुक्मराना ने पाकिस्तान ते हमला किया सी, पर लोगों विच ये गल साबित करन दी कोशिश की गई भी नहीं पाकिस्तान ने साढ़े ते हमला किया, राजे भी यह कुछ ही करना चाहते सन, वो रोज़ आते जाते सिंघां ते हमला करते सन, शरारतां करते सन कि किसी तरह इस वध रही ते उपर रही ताकत नूं दबाया जा सके, पर धन गुरु गोबिंद सिंह साहब जी सब कुछ समझते सन, वो आने वाले वक्त की उड़ीक कर रहे सन, पर मां जी ने उस वक्त ये सारी जिम्मेदारी अपने जिम्मे ले ली थी। इस वक्त नूं माता साहिबा माता गुजरी जी ने टालन लई अपने महान सपूत गुरु सपुत्र नूं फरमाया, क्योंकि माँ वो शक्ति है जो गुरुआं ते भी हुक्म कर सकती है, पीरां ते भी हुक्म कर सकती है, पैगंबरां ते भी जिसका हुक्म चलता है। हाँ, जिन्हां लोगों का देवत्यां ते ऋषियां मुनियां ते सारी लोकाई ते हुक्म चलता है, माँ एक ऐसी शक्ति है जो हुक्मराना उपर भी हुक्म चलांदी है। प्याला खो श्री वाह, ते ये अधिकार उसनू पार ब्रह्म परमेश्वर जी ने दिता है, अकाल पुरख वाहिगुरु जी ने दिता है। तो बेनती की जा रही सी, असी जो विचार कर रहे सां, मां जी ने फुरमाया वक्त टालीए समा टालीए, राजा मेदनी प्रकाश आया है, थोड़ा समा उन्हां दी रियासत विच चले जाओ, तो थोड़ा जिहा वातावरण तब्दील हो जाए
हजूर इस तरीके नाल नहीं सन आना चाहते कि यह युद्ध टालन वास्ते राजे मेदनी प्रकाश के इलाके विच जाया जा सके, नाहन की रियासत विच कुछ समा वक्त गुजारिया जा सके। पर मां जी का क्योंकि जो हुक्म सी वह तो हुक्म ही सी, इसलिए हजूर ने फरमाया है, देस चाल हम ते पुन पई, शहर पाम ढाकी सुध लई, जमुना के किनारे दशमेश पिता गुरु गोबिंद सिंह जी श्री पामटा साहब अनगिनत सिख संगतां दे नाल आए और हजूर ने इत्थे किला तामीर करवाया, किला बनवाया, क्योंकि दुनिया के बेहतरीन कमांडरां ते जनरलां विच्चों सरदार कुलवंत सिंह जी एक महान जनरल सन। अंग्रेज़ां दे राज प्रबंध दे मौके ते हिंदुस्तान विच्चों ओ पहले एडे वड्डे जनरल बनाए गए सन। उन्होंने आनंदपुर साहब ते पामटा साहब के संबंध में लिखा है कि युद्ध नीति के मुताबिक इन्हां थावां की चोण करनी ते इन्हां थावां ते किले बनाने ये सिर्फ गुरु गोबिंद सिंह जी नूं ही बण आउंदा सी। प्याला खो श्री वाह। मिस्टर कनिंगम जो इसे देश का सिपाही सी मुदकी सभरावां की लड़ाई विच जो सिख ते पंजाब फौजां दे नाल लड़ाई करन वास्ते गया सी, उन्हें भी द हिस्ट्री ऑफ सिक्स विच एहो ही राय दित्ती है कि गुरु गोबिंद सिंह जी दे किलियां नूं देख के पता लगता है कि वह युद्ध नीति विच कितने महान सन ते कितने निपुण सन। प्यार नाल आखो तन गुरु गोबिंद सिंह साहब कनिंगम। जिस पासे ज़्यादा ना जावां क्योंकि पावन पवित्र इस बाणी का थोड़ा थोड़ा विचार जे करांगे ता ही असी इस दे अखरी भाव नूं समझ सकांगे। और हजूर दी उस वक्त उम्र 14 ते 17 सालां दे दरमियान है। इस नदी दे किनारे ते जिथे किले उसारे गए, जिथे बख्शां कीतियां गईयां, उथे साहिब गुरु गोबिंद सिंह जी महाराज ने सिखी वास्ते इस पावन पवित्र जाप दा ऐसा किला उसारे है। इटां दे दीवारां ते पत्थरां दे किले ते टुट जांदे ने, मिट जांदे ने, खंडरात बन जांदे ने, पर जाप साहब ऐसी बाणी है जो खंडरात होई होई दुनिया नूं मानुखता नूं भी किलियां नालों मजबूत जीवन बख्शिश करन वाले ने। प्याला खो सिड़ा। और उस वक्त हजूर गुरु गोबिंद सिंह जी महाराज जी ने 14 ते 17 सालां दी उम्र दे दरमियान ये पावन पवित्र बाणी श्री जाप साहब उचारण किया है। हजूर ने यह बाणी अकाल पुरख वाहगुरु जी दे जाप दे रूप विच बख्शिश की थी। जप श्री गुरु ग्रंथ साहब जी का आरंभ जप तो हुंदा है, गुर प्रसाद फिर जप, आदि सच जुगाद सच है भी सच, नानक होसी भी सच। ते दशमेश पिता जी दी पावन बाणी दसम ग्रंथ जी दा आरंभ जाप तो हुंदा है। जाप विच गुर प्रसाद तकरीबन 533 बारी ते एक ओंकार सतगुर प्रसाद दे नाल ही आया। पर जाप साहब विच हजूर ने अनगिनत वारी त्वै प्रसाद तप प्रसाद त्वै प्रसाद वर्णन किया है। अखरी अर्थ इको ही है, गुर प्रसाद गुरु की कृपालता, तप प्रसाद तेरी कृपालता, हे अकाल पुरख वाहिगुरु गुरु परमेश्वर तेरी कृपा। जिस तरह अनगिनत थावां विच दसम ग्रंथ अंदर दशमेश पिता जी ने फरमाया है, तेरे जोर हों गुंगा कहता हूँ, दसम ग्रंथ गुरु गोबिंद सिंह जी, मैं तेरे बल दे नाल जो कुछ कह रहा हाँ कह रहा हाँ, मेरे वे शक्ति नहीं कि मैं कुछ बयान कर सका। तो जो जप अंदर सिद्धांत ते उपदेश रखिया गुर प्रसाद गुरु की कृपालता दे नाल, उथे दशमेश पिता जी ने जाप साहब अंदर तेरी कृपा तुमरी कृपा ते जपिए नाओ, तुमरी कृपा ते दर गए थाओ, गौड़ी महला पंजवा अष्टपदिया। तो ये पावन पवित्र बाणी दशमेश पिता जी ने अमृत तैयार करन वक्त जप साहब तो बाद श्री जपजी साहब तो बाद पढ़ी है।
अकाल पुरख वाहिगुरु जी के ध्यान विच मालक दे सनमुख बैठ के ये पावन पवित्र बाणी दशमेश पिता जी ने उचारण की है। वन सवन्ने रंग बिरंगे जिमें माली अपने बाग विच फुल उगांदा है ते फिर जदों वो खिलते ने कितना सुहावना सुंदर वातावरण बनता है। दशमेश पिता जी ने वाहिगुरु जी का जाप करदिया होया अनेकां प्रकार के छंदा का उचारण किया है। अनेक छंदा अंदर यह बाणी दशमेश पिता जी ने उचारण की गई है। जिमें श्री गुरु ग्रंथ साहब जी का एक अखर भी नहीं जो राग विच ना गायन किया होवे और खुद ना गायन किया होवे। हजूर जी ने पहला आप पावन पवित्र बाणी गायन की है। बाणी गुर गाई परम गत पाई पंच मिले सोहाया सूही छंत महला चौथा। हजूर ने खुद गायन की है, फिर गायन करन दा उपदेश दिता है, प्रेरणा दिती है। इवें हजूर ने खुद छंद उचारण किए ने और ये पावन पवित्र बाणी अनेक प्रकार के छंदा अंदर हजूर ने उचारण की है। आओ आरंभ तो सुनिए जिमें गुरु प्यारिया ने इसका पाठ किया है, क्योंकि दास की जो विद्या है वह बकायदा अपने समय के महान विद्वान विद्या मारतन और दशमेश पिता जी वालों आरंभ की हुई टकसाल के मुखी महापुरशां वालों है, जो हमेशा एक एक गुरबाणी का गुरु ग्रंथ साहब जी की पावन दे पावन पवित्र स्वरूप का दसम ग्रंथ जी की पावन पवित्र बाणी का भाई गुरदास जी की बाणी का एक एक अखर ये जे भुलेखा लगे कुछ फर्क जापे तो कितने कितने प्राचीन स्वरूपां दे नाल मेल के फिर टीक करवाते सन। क्योंकि हुण वक्त ऐसा आ गया है जिमें किसी कोई किसी मर्यादा विच किसी दायरे विच या इउं कह सकीए किसी दे पै विच असी नहीं रहे। हर व्यक्ति हर संस्था अपने अपने तरीके नाल गुड़के छिपवा रहा है। हाँ आरंभ विच पाठ पढ़ो, दास अरस करेगा जी। श्री वाहिगुरु जी एक ओंकार सतगुर प्रसाद जाप। एक ओंकार सतगुर प्रसाद दसम ग्रंथ दी जी दियां जो पुरातन हाथ लिखित बीड़ा मिलदियां हैं। श्री अकाल तख्त साहब ते भी जो बीड मौजूद सी, क्योंकि हुने कल्लू कारा लंघिया है ते भुलाण दे नाल भी वह हालात भुलाए नहीं जा सकते। 2300 हथ लिखित पुरातन बीड 84 विच जदों आर्मी का हमला होया वह पावन स्वरूप जला दिते गए सन, जिन्हां विच हजूर दे वक्त लिखारियां ने कुछ स्वरूप लिखे सन जो इतिहास के तौर पर बड़ी महत्ता रखते सन। हाँ उन्हां विच दसम ग्रंथ जी की बीड भी सी। श्री हजूर साहब हथ लिखित पुरातन बीड जो मिलती है, श्री पटना साहब जो दसम ग्रंथ जी की हस्त लिखित बीड मिलती है, जिस संबंध विच विद्वाना का ख्याल है कि वह बाबा दीप सिंह जी ने लिखी। भाई कान सिंह जी नाभा मुताबिक उहदे विच कुछ एक दो रचना जिन्हों का उन्होंने खुद उल्लेख किया है, वह कहते ने उतों के जेडे मुख सेवादार सन ग्रंथी सन बाबा समेर सिंह जी ने उसनू मुकम्मल किया है। तो उन्हां पावन पवित्र दसम ग्रंथ जी दे जो पुरातन हथ लिख स्वरूप मिलते ने, जिन्हां तो अमूमन महापुरश सानू पोथियां शुद्ध करवाते सन, एक ओंकार सतगुर प्रसाद श्री वाहिगुरु जी की फतह। ये नाल दूसरी लाइन होया करती सी, एक ओंकार सतगुर प्रसाद। गुरद्वारा प्रबंधक कमेटी वालों श्रोमणी कमेटी वालों भी जो गुटके हुण छाए हुंदे ने, क्योंकि पंथ रतन संत ज्ञानी गुरबचन सिंह जी खालसा जी की संसारक जीवन के अखीरले हिस्से विच ये सेवा सी जो सारिया महापुरशां वल्लों, क्योंकि अखां नाल संत बाबा ईश्वर सिंह जी कलेरां वालियां दा प्रताप देखण दा मौका मिलिया है। शायद जिड्डा कि बच्चा होवेगा एडा कु समय उदों प्याला खो श्री वाह, जदों बहुत सारे महापुरशां दे वड्डियां दे बेनती करन तों पिंडरां स्थान ते तशरीफ लियाए सन, ते उस वक्त जो उन्हां ने सेवा उन्हां दे जिम्मे सौंपी सी और साधु समाज ने
ਜੋ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਹਜ਼ੂਰ ਦੀ ਪਾਵਨ ਪਵਿੱਤਰ ਬਾਣੀ ਨੂੰ ਤਬਦੀਲ ਕੀਤਾ ਗਿਆ ਸੀ। ਮੈਨੂੰ ਹੁਣੇ ਦਿੱਲੀ ਵੀ ਇੱਕ ਆਰਟੀਕਲ ਪੜ੍ਹਨ ਦਾ ਉਸੇ ਵਿਦਵਾਨ ਦਾ ਮੌਕਾ ਮਿਲਿਆ ਹੈ, ਜਿਸ ਨੇ ਆਪਣੇ ਆਰਟੀਕਲ ਵਿੱਚ ਲਿਖਿਆ ਹੈ ਕਿ ਸਿੱਖਾਂ ਦਾ ਤਾਂ ਮੂਲ ਮੰਤਰੀ ਕੋਈ ਨਹੀਂ, ਪਿਆਲਾ ਖੋ ਸ੍ਰੀ, ਕਿਉਂਕਿ ਆਦਮੀ ਭਾਵੇਂ ਕਿੱਥੇ ਚੱਲਿਆ ਜਾਵੇ ਜ਼ਿੰਦਗੀ ਦੇ ਅੰਤਮ ਕਿਨਾਰੇ 'ਤੇ ਪਹੁੰਚੇ ਹੋਏ ਨੇ, ਪਰ ਅਜੇ ਵੀ ਉਹ ਪਾਵਨ ਪਵਿੱਤਰ ਗੁਰਬਾਣੀ, ਪਾਵਨ ਪਵਿੱਤਰ ਸਿੱਖ ਵਿਚਾਰਧਾਰਾ ਨੂੰ ਮਿਲਾਉਣ ਵਾਸਤੇ ਅਜੇ ਵੀ ਯਤਨਸ਼ੀਲ ਨੇ ਵੀ ਮੈਂ ਅਜੇ ਵੀ ਸਫਲ ਹੋ ਜਾਵਾਂ। ਉਸ ਦੀ ਅਗਵਾਈ ਵਿੱਚ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਚਾਰ ਤਬਦੀਲ ਕਰ ਦਿੱਤੇ ਸਨ। ਤਾਂ ਸਾਰਿਆਂ ਮਹਾਂਪੁਰਸ਼ਾਂ ਨੇ ਫਿਰ ਯਤਨ ਕੀਤਾ, ਲੰਬਾ ਸੰਘਰਸ਼ ਕੀਤਾ, ਔਰ ਫਿਰ ਉਹ ਹਜ਼ੂਰ ਦੀ ਪਾਵਨ ਪਵਿੱਤਰ ਸਰੂਪ ਉਸੇ ਤਰ੍ਹਾਂ ਛਿਪਵਾਉਣ ਲਈ ਜੋ ਯਤਨ ਕੀਤਾ, ਇਹ ਸੇਵਾ ਸਭ ਮਹਾਂਪੁਰਸ਼ਾਂ ਨੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਜ਼ਿੰਮੇ ਲਗਾਈ ਸੀ। ਉਹਨਾਂ ਨੇ ਆਪਣੀ ਦੇਖ ਰੇਖ ਵਿੱਚ, ਮੌਜੂਦਗੀ ਵਿੱਚ, ਔਰ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਇਹ ਪੂਰੀ ਜ਼ਿੰਮੇਦਾਰੀ ਸੌਂਪ ਕੇ, ਔਰ ਉਹਨਾਂ ਦੇ ਨਾਲ ਸੰਤ ਭਾਈ ਕਰਤਾਰ ਸਿੰਘ ਜੀ, ਜਿਨ੍ਹਾਂ ਨੂੰ ਮਹਾਂਪੁਰਸ਼ ਵੱਡੇ ਪਿਆਰ ਨਾਲ ਪ੍ਰੇਮੀ ਜੀ ਕਹਿੰਦੇ ਸਨ, ਇਹ ਬਾਗੇ ਪੁਰਾਣੇ ਦੇ ਨਜ਼ਦੀਕ, ਰੋਡਿਆਂ ਦੇ ਨਜ਼ਦੀਕ ਲੰਘਿਆਣਾ ਪਿੰਡ ਤੋਂ ਸਨ। ਬੜੀ ਗੁਰਮੁਖ ਅਵਸਥਾ ਦੇ ਮਾਲਕ ਸਨ, ਔਰ ਬੱਚਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਸ਼ੁੱਧ ਸੰਥਿਆ ਕਰਾਇਆ ਕਰਦੇ ਸਨ। ਸ਼੍ਰੀ ਮਨਸੰਤ ਬਾਬਾ ਜਰਨੈਲ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਉਹਨਾਂ ਪਾਸੋਂ ਹੀ ਕੀਤਾ ਸੀ, ਔਰ ਉਹਨਾਂ ਨੂੰ ਉੱਥੇ ਛੱਡ ਕੇ ਫਿਰ ਬੀੜਾਂ ਸ਼ੁੱਧ ਰੂਪ ਵਿੱਚ ਜਿਵੇਂ ਕਿ ਹੁਣ ਛਪ ਰਹੀਆਂ ਨੇ, ਬਹੁਤ ਠੀਕ ਛਪ, ਸ਼ੁੱਧ ਛਪ ਰਹੀਆਂ ਨੇ, ਛਪਾਈਆਂ ਸਨ। ਹੁਣ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਟਕੇ ਛਾਪੇ ਜਾ ਰਹੇ ਨੇ, ਉਹਨਾਂ ਵਿੱਚ ਵੀ ਇਸੇ ਤਰ੍ਹਾਂ ਪਾਠ ਛਪਵਾਇਆ ਜਾ ਰਿਹਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਿਸ ਦਾ ਅੱਖਰੀ ਅਰਥ ਕਰਦੇ ਸਨ ਇੱਕ ਅਦਵੈਤ ਰੂਪ ਅਕਾਲ ਪੁਰਖ ਵਾਹਿਗੁਰੂ। ਓਅੰਕਾਰ ਸਾਰੇ ਜੀਵਾਂ ਨੂੰ ਆਪਣੀ ਚੇਤਨ ਸੱਤਾ ਦੀ ਰੌਸ਼ਨੀ ਦੇ ਨਾਲ ਪ੍ਰਕਾਸ਼ਨ ਵਾਲਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਫਤਿਹ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਵੀ ਕਦੇ ਕੋਈ ਸ਼ਿਕਸਤ ਦੇ ਸਕਦਾ ਹੈ, ਕਦੇ ਉਹਨੂੰ ਵੀ ਕੋਈ ਹਰਾ ਸਕਦਾ ਹੈ, ਅਤੇ ਜਿਹੜਾ ਉਹਦਾ ਹੋ ਜਾਵੇ, ਉਹਦਾ ਖਾਲਸਾ ਬਣ ਜਾਵੇ, ਉਸਨੂੰ ਕੌਣ ਹਰਾ ਸਕਦਾ ਹੈ। ਹਾਂ, ਜੇ ਖਾਲਸਾ ਹਾਰੇਗਾ, ਗੁਰੂ ਕਾ ਸਿੱਖ ਹਾਰੇਗਾ, ਤਾਂ ਉਦੋਂ ਹਾਰੇਗਾ, ਉਸ ਵਕਤ ਹਾਰੇਗਾ, ਉਹਨਾਂ ਹਾਲਾਤਾਂ ਵਿੱਚ ਹਾਰੇਗਾ ਜਦੋਂ ਉਹ ਗੁਰੂ ਦੀ ਫਤਿਹ, ਵਾਹਿਗੁਰੂ ਦੀ ਫਤਿਹ ਦੀ ਬਜਾਏ ਆਪਣੀ ਨਿੱਜੀ ਫਤਿਹ ਸਮਝਣ ਲੱਗ ਪਵੇਗਾ। ਸਾਡਾ ਹੁਣ ਬਹੁਤਾ ਯਤਨ ਇਹੋ ਹੀ ਹੈ, ਅਸੀਂ ਆਪਣੀ ਆਪਣੀ ਸਫਲਤਾ ਦੀ ਗੱਲ ਕਰਦੇ ਹਾਂ। ਸਤਿਗੁਰੂ ਦੀ ਫਤਿਹ, ਅਕਾਲ ਪੁਰਖ ਵਾਹਿਗੁਰੂ ਜੀ ਦੀ ਫਤਿਹ ਦੀ ਬਜਾਏ ਅਸੀਂ ਛਾਤੀ 'ਤੇ ਹੱਥ ਮਾਰ ਕੇ ਕਹਿੰਦੇ ਹਾਂ, ਲਓ ਜੀ ਇਹ ਮੈਂ ਕੰਮ ਕੀਤਾ, ਇਹ ਮੇਰੀ ਫਤਿਹ ਹੈ, ਇਹ ਮੈਂ ਜਿੱਤ ਲਿੱਤਾ ਹੈ। ਸਿੱਖ ਉਦੋਂ ਹਾਰੇਗਾ, ਖਾਲਸਾ ਉਦੋਂ ਹਾਰੇਗਾ ਜਿਸ ਵੇਲੇ ਉਹ ਸਤਿਗੁਰੂ ਦੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਫਤਿਹ ਦੀ ਬਜਾਏ ਆਪਣੀ ਫਤਿਹ ਸਮਝਣ ਲੱਗ ਪਵੇ। ਪਰ ਜਦੋਂ ਕੋਈ ਸਿੱਖ ਬਣ ਜਾਵੇਗਾ, ਖਾਲਸਾ ਹੋ ਜਾਵੇਗਾ, ਉਦੋਂ ਤਾਂ ਉਹਨੇ ਆਪਣਾ ਸਰੀਰ ਵੀ ਆਪਣਾ ਨਹੀਂ ਸਮਝਣਾ, ਆਪਣਾ ਸੀਸ ਵੀ ਆਪਣਾ ਨਹੀਂ ਸਮਝਣਾ, ਆਪਣਾ ਤਨ ਮਨ ਧਨ ਆਪਣਾ ਨਹੀਂ ਸਮਝਣਾ। ਉਹਨੇ ਤਾਂ ਕਹਿ ਦੇਣਾ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਪ ਤੇ ਕਿਆ ਲਾਗੈ ਮੇਰਾ। ਸਲੋਕ ਭਗਤ ਕਬੀਰ ਕੇ, ਬੜਾ ਔਖਾ ਹੈ ਦੇਸਾਂ ਪ੍ਰਦੇਸਾਂ ਵਿੱਚ ਸਫ਼ਰ ਕਰਨਾ, ਬੜਾ ਕਠਿਨ ਹੁੰਦਾ ਹੈ, ਨਾ ਜਾਨੇ ਗਾਲਿਬ ਦਿਲ ਪੇ ਕਿਆ ਗੁਜ਼ਰਤੀ ਹੈ, ਜਬ ਕਿਸੀ ਨਾ ਮਿਹਰਬਾਂ ਕੋ ਮਿਹਰਬਾਂ ਕਹਿਣਾ ਪੜਤਾ ਹੈ। ਅਤੇ ਜਿਸ ਵੇਲੇ ਲੋਕਾਂ ਨੂੰ ਪ੍ਰੇਰਨਾ ਦੇ ਦਈਏ, ਅਸਥਾਨ ਬਣ ਰਿਹਾ, ਸੇਵਾ ਹੋ ਰਹੀ ਹੈ, ਭਾਈ ਸੇਵਾ ਵਿੱਚ ਹਿੱਸਾ ਪਾਓ, ਮਾਨ ਹੁੰਦਿਆਂ, ਸਤਿਕਾਰ ਹੁੰਦਿਆਂ, ਅਦਬ ਹੁੰਦਿਆਂ, ਜਦੋਂ ਲੋਕਾਂ ਨੂੰ ਪ੍ਰੇਰਨਾ ਦੇਈ ਦਈਏ, ਜੇ ਕੋਈ ਸਾਹਮਣੇ ਨਹੀਂ ਕਹੇਗਾ, ਪਿੱਛੋਂ ਕੁਝ ਕੌੜੇ ਕੁਸੈਲੇ ਬੋਲ ਜ਼ਰੂਰ ਕਹਿ ਦੇਵੇਗਾ, ਪਰ ਇਹਨਾਂ ਕੁਝ ਕਰਕੇ ਦੇਸਾਂ ਪ੍ਰਦੇਸਾਂ ਵਿੱਚ ਵਿਚਰ ਵਿਚਰ ਕੇ ਜੇ ਇਹ ਅਸਥਾਨ ਬਣਾਇਆ,
अपना नाम भी तो लिखवा सकते सन, अपना तो नहीं सतगुरु का, और फिर उन्हों का जिन्होंने ये बख्शिश की प्याला खो श्री वाह। जदों कोई सपुत्र होगा, मातावां बच्चियां बैठिया ने, अमूमन जदों बच्चियां सेवा देन गियां, अरदास करवान गियां, ते कमाई भावें अपनी होवे, सेवा भी अपने वल्लों होवे, एको ही बेनती करनगे, सरदार जी का नाम लेना, मेरे पति जी का नाम लेना, उन्हां वल्लों ये सेवा आई है, उन्हां दी अरदास करनी, बस एहो ही आदर्शिक जीवन है। जिथे मालक नाल स्नेह होवेगा, प्यार होवेगा, उथे होमे नहीं होवेगी, जिथे होमे नहीं होवेगी उथे अपना नाम तो होने का सवाल ही नहीं, वो अपना नाम नहीं करेगा। बाबा जी ने अपना नाम तो नहीं लिखवाया सतगुरु जी का, तो फिर उन्होंने महापुरशां का जिन्होंने बख्शियां कीतियां ने, अपना नाम नहीं जिक्र किया, अपनी बात नहीं की। जदों सिख सिखी नूं समझ लवेगा, सिखी का निवास होवेगा, फिर वो अपनी फतेह की तो सोच ही नहीं सकता, वो तो गुरु की फतेह लई अपना शीस भी पेट चढ़ा देवेगा, सारा कुछ गुरु नूं अर्पण कर देवेगा, क्योंकि सारा कुछ सतगुरु का है, मेरा तो है ही कुछ नहीं, ये जीवन भी सतगुरु का है, तन ते मन तन सब कुछ सतगुरु का है। जदों सिख सीस भेट करके भी सारा कुछ सतगुरु की फतेह लई अर्ज करेगा, फिर हमेशा उसकी फतेह होगी। ताइए दशमेश पिता जी ने भंगाणी के युद्ध की फतेह तो बाद ये शब्द कहे सन, भई जीत मेरी कृपा काल केरी, रणंग जीत आए जंग गीत गाए, तनंग तार बरखे सभै सूर हरखे। बचित्र नाटक दसम ग्रंथ गुरु गोबिंद सिंह जी। अकाल पखाल सा ओहो सिख ओहो जो अपनी जित दे दावे दी बजाए, अपनी फतेह दी दे दावे दी बजाए, अकाल पुरख वाहगुरु अते ओदे समुचे खालसे दी फतेह लई अपना सारा कुछ भी कुर्बान कर देवे, ते फिर भी मन विच कोई ख्याल ना आवे कि मैं कुछ कीता है, वो एहो समझे जो कुछ कीता है अकाल पुरख वाहगुरु जी ने कीता, इसलिए श्री वाहगुरु जी की फतेह है, श्रोमणी अकाल पुरख वाहगुरु जी की फतेह है, और ओदी हमेता हमेशा ही फतेह है। सदा जय सदा जय सदा जय बिराजय, तेरी सदा ही जय जित है, तेरी सदा ही जित है, तेरी सदा ही जित है। दसम ग्रंथ गुरु गोबिंद सिंह जी। हाँ जी, जाप 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 बाणी का नाम है, और हजूर ने आप इस बाणी का नाम जाप रख्या है। जाप तो जाप है, जाप हमेशा किया जाता है, इन्ना की ही नहीं, कल एक दो सज्जन उत्थे कह रहे सन जी, हुण अगे गुटके हुंदे सन ते बाणियां पूरियां हुंदियां सन, लंबी रहे वड्डी रहे रास हुंदी सी, वड्डा आनंद साहब चौपी साहब हुंदे सन। अजकल की हो गया, मैं कह साडे जिन्हां विद्वानां नूं कोई काम ना मिले, वह गुरबाणी नूं घट वध करन वास्ते चल पैंदे ने, तुर पैंदे ने, वो ये नहीं सोचते ये पूर्ण अकाल पुरख वाहगुरु की बाणी है, ऐस लोक की रचना नहीं कि ऐस लोक दे लोग उहदे ते कोई अपनी ग्रामर कोई अपनी व्याकरण लगा के कोई बात करन, इह ते अकाल पुरख वाहगुरु की बाणी है। मिस्टर मैकाल्प ने सिख रिलीजन विच लिखिया सी, जेड़ा सद्दड़ा पीरां पैगंबरां अवतारां नूं नूं खुदावंद करीम वल्लों प्राप्त होया, ओह हुक्म ओह पैगाम गुरबाणी दे रूप विच गुरु नानक देव जी नूं बेई नदी किनारे रावी नदी किनारे हट चलांदियां ते फिर खेती करदियां हल चलांदियां अकाल पुरख वाहिगुरु वल्लों प्राप्त हुंदा रहा। ताइयों हजूर ने फरमाया सी, जैसी मैं आवे खसम की बाणी तैसड़ा करी ज्ञान, वे ला लो तिलंग महला पहला। पर असी कोशिश करते हाँ भी जिमें किसी शायर की किसी कवि की किसी विद्वान की कोई रचना हो ते वो देते अपनी ग्रामर अपनी व्याकरण लगा के उन्हों समझान उदे विच उन्हों दुरुस्त करन की कोशिश करिए और उन्हों ठीक करन दा यतन करिए उन्हों गलत साबित करिए, ऐसा नहीं है, ये बाणी जाप रूप है। सिर्फ एक बारी ही नहीं, जाप तो श्वास श्वास करीदा है, सास सास सिमरो गोबिंद गौड़ी सुखमनी महला पंजवा, ये बाणी जाप रूप है। जितना भी इसनू जपया जावे
उतना थोड़ा है। तो बाणी का नाम है जाप, ते जाप इसलिए बनाया जाता है कि उसनु जपन वाला जपी जाए, जपी जाए, उदों तक जपी जावे जदों तक वो मालक दा रूप ना हो जावे। हाँ जी, श्री मुख वाक पातशाही दसवीं, श्री मुख वाक, श्री सुभाए मान श्रोमणी मुख दे ए वाक हन, बचन हन, फुरमान है। श्री मुख वाक पातशाही दसवीं, दसवें पातशाह धन गुरु गोबिंद सिंह साहब जी, ये पावन पितर बाणी जमुना नदी के किनारे ते श्री पामटा साहब उचारण कर रहे ने। अज भी श्री पामटा साहब जमुना के किनारे ते बैठ जाइए, उथों का वातावरण, उथों का प्रभाव, उथों का आबो हवा मनुख नू एक वारी जरूर जाप साहब दी प्रेरणा देता है और मालक नाल जुड़न दा इशारा करता है, संकेत करता है। हाँ जी, शपै छंद, एक छंद दा नाम है शपै छंद, जिस दियां छे छे पंक्तियां आउंदियां हन, छे छे पंक्तियां भगवान कीआं शपै छंद दियां, और इहदी अपनी चाल है। और पहला ही दसम ग्रंथ विच गुरु गोबिंद सिंह जी का पहला छंद ही शपै छंद के रूप में प्राप्त होया है, और हजूर ने उचारण किया है। फिर की लिखते ने, अपने आप नहीं मैं छंद उचारण कर रहा, की कह रहे ने, प्रसाद तत्ता नीचे बबा हुंदा है, तेरी प्रसाद कृपालता, तेरी कृपालता द्वारा मैं ये बाणी, मैं ये छंद उचारण करदा हाँ जी। चक्र चिन्ह और वर्ण जात, श्री गुरु नानक देव जी महाराज ने मूल मंत्र दे आरंभ विच श्री जपजी साहब, श्री गुरु ग्रंथ साहब जी दे आरंभ विच निरंकार अकाल पुरख वाहिगुरु जी दे कुछ विशेष गुणा दा वर्णन करदिया होया, उस अकाल पुरख वाहिगुरु दे नाम उचारण कीते ने, एक ओंकार सतनाम करता पुरख निरभउ निरवैर अकाल मूरत अजूनी सहपं गुर प्रसाद जप आद सच जुगाद सच है पी सच नानक होसी पी सच। ये अकाल पुरख वाहिगुरु दे विशेष गुण ने, क्योंकि लक्षण से लक्षणम शास्त्र विद्वान कहंदे ने कि लक्षणा द्वारा ही किसी महान शख्सियत नूं जानिया जाता है, पहचानिया जा सकता है। तो जिथे गुरु ग्रंथ साहब जी दे आरंभ विच निर्गुण अकाल पुरख वाहिगुरु दे विशेष गुणा दा वर्णन कीता है दशमेश पिता जी, उसे विचारधारा मुताबिक जाप साहब दे पहले छंद अंदर निर्गुण अकाल पुरख वाहिगुरु जी दे स्वरूप दा वर्णन करदे ने, ओदा निर्गुण कैसा है, ओदा निर्गुण स्वरूप कैसा है जी। चक्कर चिहन आर वर्ण जात, अकाल पुरख वाहिगुरु जो है, ना तो ओदे हाथ विच सुदर्शन चक्र है, ना संखं ना चक्रं ना गदा ना स्यामं आश्चर्य रूपं रहंत जन्मं नेत नेत कथंत बेदा उचमूचा पार गोबिंद है, श्लोक संस्कृति महला पंजवा। हाँ, ओदे पा ओ कोई चक्रां वाला नहीं, सुदर्शन चक्र वाला। ते कई बारी असी ए भी कह देते हाँ, इस आदमी दे पैरां विच तां चक्र है, टिकाया टिकदा ही नहीं, बैठाया बैठदा ही नहीं, टिकाया टिकदा नहीं, बैठाया बैठदा ही नहीं। महापुरुष पंथ रत्न संत ज्ञानी गुरबचन सिंह जी खालसा जी दे संसारक परिवार विचों संबंध विचों एक गुरमुख सन, उन्होंने जिथे भी संगतां नूं कह के उन्होंने टिकाना, दो महीने चार महीने हद छे महीने उन्होंने टिकना, जदों पांच छे थावां ते ऐसा होया फिर संगतां ने कहना महाराज आप तो उन्होंने टिका गए सी पर उन्होंने सानू दस्या ही नहीं, चुप करके चले गए ने। ते एक बारी मोढ़े ते हाथ रख के पखड़िया करके कहन लगे, तेरे पैरां में चक्कर है, तू किते टिकदा नहीं, किते जिथे बैठांदे हाँ बैठता नहीं। हाँ, ऐसा भी नहीं, अकाल पुरख वाहिगुरु जो है ओदे शरीर ते ना कोई रेखावां दा चक्कर है, ना कोई घूमन दा फिरन दा चक्कर है कि पैर ना टिके,
ਜਿਵੇਂ ਜੁੱਧ ਜੀਤ ਆਏ ਜਬੈ ਟਿਕੈ ਨਾ ਤਿੰਨ ਪੁਰ ਭਾਵ ਕਹਲੂਰ ਮੈਂ ਬੰਧਿਓ ਆਨ ਅਨੰਦਪੁਰ ਗਾਮ। ਬਚਿੱਤਰ ਨਾਟਕ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ, ਚਿਹਨ ਕੋਈ ਚਿੰਨ੍ਹ ਨਹੀਂ, ਕੋਈ ਨਿਸ਼ਾਨੀ ਨਹੀਂ, ਕਿਉਂਕਿ ਸਾਡੇ ਹੱਥਾਂ ਉੱਪਰ ਸਾਡੇ ਸਰੀਰ ਉੱਪਰ ਭਿੰਨ ਭਿੰਨ ਚਿੰਨ੍ਹ ਨੇ, ਨਿਸ਼ਾਨੀਆਂ ਹਨ। ਔਰ ਜਿਹੜਾ ਛੇ ਸ਼ਾਸਤਰਾਂ ਵਿੱਚੋਂ ਇੱਕ ਜੋਤਿਸ਼ ਸ਼ਾਸਤਰ ਹੈ, ਉਹਨੂੰ ਪੜ੍ਹਨ ਵਾਲੇ ਉਹਨਾਂ ਵਿੱਚੋਂ ਕੋਈ ਨਾ ਕੋਈ ਅਨੁਮਾਨ ਲਗਾਉਂਦੇ ਨੇ, ਕੋਈ ਨਾ ਕੋਈ ਖਿਆਲ ਲਗਾਉਂਦੇ ਨੇ। ਜਿਵੇਂ ਦੁਰਗਾ ਦਾਸ ਨੇ ਗੁਰੂ ਅਮਰਦਾਸ ਜੀ ਦੇ ਚਰਨ ਦੇਖ ਕੇ ਕਿਹਾ ਸੀ ਜੀ ਦਕਸ਼ਣਾ ਨਹੀਂ ਲੈਣੇ, ਕਿਉਂ? ਆਖੇ ਜੀ ਤੁਸੀਂ ਉਹ ਤੁਹਾਡੀ ਸ਼ਖਸੀਅਤ ਹੈ ਜਿੱਥੋਂ ਅਜੇ ਵਕਤ ਨਹੀਂ, ਜਾਂ ਪ੍ਰਭੂ ਦੇ ਅਵਤਾਰ ਪ੍ਰਗਟ ਹੋਵੋਗੇ, ਜਾਂ ਸੰਸਾਰ ਦੇ ਬਾਦਸ਼ਾਹ ਰਾਜਕਰਵਰਤੀ ਰਾਜੇ ਹੋਵੋਗੇ। ਐਸਾ ਕੋਈ ਨਹੀਂ, ਐਸਾ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਵਿੱਚ ਕੋਈ ਚਿੰਨ੍ਹ ਨਿਸ਼ਾਨੀ ਨਹੀਂ। ਅਰ ਬਰਨ ਜਾਤ ਅਰ ਅਤੇ, ਜਿਵੇਂ ਲਫ਼ਜ਼ ਨੂੰ ਪੂਰਾ ਕਰਨ ਵਾਸਤੇ ਗੋਇਆ ਚੁਨਾਚੇ ਫਾਰਸੀ ਉਰਦੂ ਅਰਬੀ ਵਿੱਚ ਲਿਖ ਦਿੰਦੇ ਨੇ, ਆਰ ਅਤੇ ਪੰਜਾਬੀ ਵਿੱਚ ਲਿਖ ਦਿੰਦੇ ਨੇ, ਐਂਡ ਸ਼ਬਦ ਜਦੋਂ ਵਰਤਿਆ ਜਾਂਦਾ ਹੈ ਅੰਗਰੇਜ਼ੀ ਵਿੱਚ ਪੂਰਾ ਸੈਂਟੈਂਸ ਬਣਾਉਣ ਵਾਸਤੇ ਉਹਨੂੰ ਲਗਾ ਦਿੰਦੇ ਨੇ, ਅਰ ਦਾ ਮਤਲਬ ਵੀ ਇੱਥੇ ਉਹੋ ਹੀ ਹੈ। ਅਰ ਅਤੇ ਵਰਨ ਜਾਤ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਵਰਨ ਨਹੀਂ, ਵੀ ਉਹਨੂੰ ਖੱਤਰੀ ਕਹਿ ਦੇਈਏ, ਉਹਨੂੰ ਬ੍ਰਾਹਮਣ ਕਹਿ ਦੇਈਏ, ਉਹਨੂੰ ਸ਼ੂਦਰ ਕਹਿ ਦੇਈਏ, ਉਸਨੂੰ ਬੈਸ ਕਹਿ ਦੇਈਏ, ਉਹਦਾ ਕੋਈ ਵਰਨ ਨਹੀਂ, ਔਰ ਉਹਦਾ ਕੋਈ ਰੰਗ ਵੀ ਨਹੀਂ। ਉਹ ਰੰਗਾਂ ਤੋਂ, ਵਰਨਾਂ ਅਤੇ ਅਸ਼ਰਮਾਂ ਤੋਂ ਰਹਿਤ ਹੈ, ਪਰ ਕਿਉਂਕਿ ਜਾਤ ਸ਼ਬਦ ਨਾਲ ਹੈ ਇਸ ਲਈ ਵਰਨ, ਉਹਦਾ ਕੋਈ ਵਰਨ ਨਹੀਂ। ਚਾਰ ਵਰਨ ਜਿਹੜੇ ਨੇ ਉਹ ਚੌਂ ਵਰਨਾਂ ਵਿੱਚੋਂ ਵੀ ਨਹੀਂ। ਜਾਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਾਤੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ, ਦਸ਼ਮੇਸ਼ ਪਿਤਾ ਜੀ ਨੇ ਜਾਤੀ ਪਾਤੀ ਦਾ ਹਿਸਾਬ ਕਿਤਾਬ ਸਮਾਪਤ ਜਿੰਨਾ ਕੀਤਾ ਸੀ, ਉਤਨਾ ਸਿੱਖ ਜਾਤੀ ਪਾਤੀ ਇਲਾਕਾ ਪ੍ਰਸਤੀ ਵਿੱਚ ਉਲਝੇ ਹੋਏ ਨੇ, ਫਸੇ ਹੋਏ ਨੇ। ਜਾਤ ਪਾਤ ਦਾ ਜ਼ਿਆਦਾ ਵਾਤਾਵਰਨ ਬਣਦਾ ਜਾਂਦਾ ਹੈ, ਵਧਦਾ ਜਾਂਦਾ ਹੈ, ਅਤੇ ਹਜ਼ੂਰ ਨੇ ਫਰਮਾਇਆ ਸੀ ਅੱਗੇ ਜਾਤ ਨਾ ਚੋਰ ਹੈ, ਅੱਗੇ ਜੀਉ ਨਵੇ ਜਿਨ ਕੀ ਲੇਖ ਹੈ ਪਤ ਪਵੇ ਚੰਗੇ ਸੇਈ ਕੇ ਵਾਰਾ ਸਾ ਮਹੱਲਾ ਪਹਿਲਾ। ਇੱਥੇ ਤਾਂ ਵੱਖ ਵੱਖ ਜਾਤੀਆਂ ਦੇ, ਵੱਖ ਵੱਖ ਇਲਾਕਿਆਂ ਦੇ, ਵੱਖ ਵੱਖ ਲੋਕਾਂ ਦੇ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਨੇ। ਪਿਆਲਾ ਖੋ ਸ੍ਰੀ ਵਾਹ ਤਾਂ ਬੇਨਤੀ ਕੀਤੀ ਜਾ ਰਹੀ ਸੀ, ਨਹੀਂ ਅਰ ਜਾਤ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਦੇਹ, ਨਹਿਨ ਦਾ ਅਰਥ ਹੈ ਨਹੀਂ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਪਾਤ ਪੰਗਤ ਕੋਈ ਸ਼੍ਰੇਣੀ ਵੀ ਨਹੀਂ ਹੈ, ਤਾਂਹੀਓ ਤੇ ਪੁਰੋਹਿਤ ਨੇ, ਬ੍ਰਾਹਮਣ ਨੇ ਵਿਰੋਧ ਕੀਤਾ ਸੀ ਕਿ ਗੋਇੰਦਵਾਲ ਦੀ ਧਰਤੀ 'ਤੇ ਸਾਰੀ ਮਨੁੱਖਤਾ ਦੇ ਉੱਚੇ ਅਤੇ ਨੀਵੇਂ, ਗਰੀਬੇ ਅਤੇ ਗਰੀਬਾਂ ਅਤੇ ਅਮੀਰਾਂ ਨੂੰ, ਸਾਰਿਆਂ ਨੂੰ ਇੱਕੇ ਪੰਗਤ ਵਿੱਚ ਬੈਠਾ ਕੇ ਗੁਰੂ ਅਮਰਦਾਸ ਜੀ ਨੇ ਫਰਮਾਇਆ ਸੀ ਮਨੁੱਖਤਾ ਦੀ ਇੱਕੋ ਹੀ ਪੰਗਤ ਹੈ, ਉਹਦੀ ਇੱਕੋ ਹੀ ਪਾਤ ਪੰਗਤੀ ਹੈ, ਨਾ ਉਹਦੀ ਕੋਈ ਜਾਤ ਹੈ, ਨਾ ਕੋਈ ਉਹ ਪਾਤ ਹੈ, ਬਿਰਾਦਰੀ ਹੈ, ਕੁਛ ਵੀ ਨਹੀਂ। ਹਾਂ ਉਸ ਅਕਾਲ ਪੁਰਖ ਵਾਹਿਗੁਰੂ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਪਾਤ ਪਾਤ ਵੀ ਸ਼੍ਰੇਣੀ ਵੀ ਨਹੀਂ ਹੈ, ਜਾਤ ਪਾਤ ਤੋਂ ਉਹ ਰਹਿਤ ਹੈ ਜੀ। ਰੂਪ ਰੰਗ ਅਰ ਰੇਖ ਭੇਖ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਵਿਸ਼ੇਸ਼ ਰੂਪ ਵੀ ਨਹੀਂ, ਯਾਨੀ ਆਕਾਰ ਨਹੀਂ। ਸਾਡੇ ਜਿਤਨੇ ਸਰੀਰ ਨੇ ਉਹਨਾਂ ਦੇ ਰੂਪ ਹਨ, ਇਹ ਮਨੁੱਖ ਦੀ ਦ੍ਰਿਸ਼ਟੀ ਹੈ। ਕਿਸੇ ਨੂੰ ਅਸੀਂ ਕਹਿੰਦੇ ਹਾਂ ਬੜਾ ਸੁੰਦਰ ਰੂਪ ਵਾਲਾ ਹੈ, ਕਿਸੇ ਨੂੰ ਕਹਿੰਦੇ ਹਾਂ ਕਰੂਪ ਵਾਲਾ ਹੈ। ਅੱਜ ਕੱਲ੍ਹ ਆਮ ਰਿਵਾਜ ਹੋ ਗਿਆ ਹੈ ਬੱਚੀਆਂ ਨੂੰ ਦੇਖਣਾ, ਲੜਕੀਆਂ ਨੂੰ ਦੇਖ ਕੇ ਰਿਸ਼ਤੇ ਕਰਨੇ। ਕਿਤਨਾ ਦੇਖ ਲਓ, ਬਾਹਰੋਂ ਰੰਗ ਰੂਪ ਦੇਖਾਂਗੇ, ਮਨ ਵਿੱਚ ਕੀ ਹੈ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਮਨੋਂ ਕੋਈ ਸਵੱਛ ਹੈ ਕਿ ਨਹੀਂ, ਇਹ ਤਾਂ ਸਤਿਗੁਰੂ ਜਾਣਦਾ ਹੈ, ਉਹ ਬਖਸ਼ਿਸ਼ ਕਰੇ, ਮਿਹਰਾਮਤ ਕਰੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਆਕਾਰ ਨਹੀਂ, ਰੰਗ ਨਹੀਂ, ਅਰ ਰੇਖ ਭੇਖ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਰੀਰ 'ਤੇ ਕੋਈ ਰੇਖ ਨਹੀਂ, ਮੱਛ ਕਛ ਆਦਿਕਾਂ ਦੀ ਭੇਖ ਬਨਾਵਟ ਅਣਗਿਣਤ ਭੇਖ ਹਨ। ਹੁਣੇ ਹੁਣੇ ਉਜੈਨ ਦਾ ਕੁੰਭ ਨਿਕਲਿਆ ਹੈ, ਉੱਥੇ ਸਾਧੂ ਇੱਕ ਦੂਸਰੇ ਨੂੰ ਕੁੱਟਣ ਵਾਸਤੇ ਔਰ ਬੰਦੂਕਾਂ ਨਾਲ ਲੈਸ ਹੋ ਕੇ ਖਲੋਤੇ ਸਨ, ਵੀ ਤੁਹਾਨੂੰ ਪਹਿਲਾਂ ਨਹੀਂ ਨਹਾਉਣ ਦੇਣਾ, ਪਹਿਲਾਂ ਅਸੀਂ ਨਹਾਵਾਂਗੇ। ਦੂਜੇ ਕਹਿੰਦੇ ਸਨ ਅਸੀਂ ਪਹਿਲਾਂ ਨਹਾਵਾਂਗੇ, ਮਗਰ ਤੀਰ ਤਾਂ ਕਿਸੇ ਨੂੰ ਨਹਾਉਣ ਤੋਂ ਨਹੀਂ ਰੋਕਦਾ। ਇਹਦਾ ਮਤਲਬ ਵਟੱਬਣ ਦਾ, ਇਹ ਭੇਖ ਦਾ, ਵੀ ਹਮਾਰਾ ਭੇਖ ਉੱਚਾ ਹੈ, ਹਮਾਰਾ ਭੇਖ ਬੜਾ ਹੈ। ਇੱਥੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਭੇਖ ਵੀ ਨਹੀਂ ਹੈ। ਰੂਪ ਰੰਗ ਅਰ ਰੇਖ ਭੇਖ,
ਹਾਂਜੀ ਕੋ ਕਹਿ ਨਾ ਸਕਤ ਕਹੇ ਕਿਸੇ ਪਰ ਕਹੇ ਕਿਸੇ ਪ੍ਰਕਾਰ ਕੋਈ ਵੀ ਉਹਦਾ ਰੰਗ ਰੂਪ ਭੇਖ ਰੇਖਾਵਾਂ ਕੋਈ ਚਿੰਨ ਚੱਕਰ ਕਹਿ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਹਾਂਜੀ ਅਚਲ ਮੂਰਤ ਅਨਭਉ ਪ੍ਰਕਾਸ਼ ਉਹ ਅਕਾਲ ਪੁਰਖ ਵਾਹਿਗੁਰੂ ਅਚਲ ਸਰੂਪ ਵਾਲਾ ਹੈ ਚਲਾਏਮਾਨ ਨਹੀਂ ਹੁੰਦਾ ਐਸੀਆਂ ਹਵਾਵਾਂ ਵੀ ਚੱਲਦੀਆਂ ਹਨ ਟਕਸਾਲ ਦੇ ਮੁਖੀ ਜਿਨ੍ਹਾਂ ਨੇ ਆਪਣਾ ਜੀਵਨ ਭਰ ਸ੍ਰੀ ਦਮਦਮਾ ਸਾਹਿਬ ਰਹਿ ਕੇ ਗੁਰਮਤ ਵਿੱਦਿਆ ਗੁਰੂ ਘਰ ਦੀ ਵਿੱਦਿਆ ਟਕਸਾਲ ਦੀ ਪਰੰਪਰਾ ਮੁਤਾਬਕ ਪੜ੍ਹਾਈ ਗਿਆਨੀ ਚੰਦਾ ਸਿੰਘ ਜੀ ਬੁੰਗਾ ਕੱਟੂ ਵਾਲੇ ਪਿਆਲਾ ਖੋ ਸ੍ਰੀ ਆਪ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਠਿਨ ਤੋਂ ਕਠਿਨ ਸ਼ਬਦਾਂ ਦੇ ਅਰਥ ਲਿਖੇ ਉਹ ਸਭ ਤੋਂ ਪਹਿਲਾਂ ਟੀਕਾ ਗਿਆਨੀ ਚੰਦਾ ਸਿੰਘ ਜੀ ਦੇ ਪਰਿਆਏ ਕਰਕੇ ਪ੍ਰਸਿੱਧ ਹੈ ਉਹਦੇ ਵਿੱਚ ਆਪ ਨੇ ਲਿਖਿਆ ਸੀ ਦੁਨੀਆਂ ਦੇ ਲੋਕੋ ਕਦੇ ਕਦੇ ਐਸੀਆਂ ਹਵਾਵਾਂ ਵੀ ਚੱਲਦੀਆਂ ਨੇ ਜਿਹੜੀਆਂ ਸੁਮੇਰ ਪਰਬਤ ਨੂੰ ਵੀ ਉਡਾ ਕੇ ਲੈ ਜਾਂਦੀਆਂ ਨੇ ਜੇ ਹਿਮਾਰਤ ਗਿਰ ਮੇਰ ਉਡਾਹੀ ਕਹੋ ਕੂਤੂਲ ਕਿਹੇ ਲੇਖੇ ਮਾਹੀ ਗਿਆਨੀ ਚੰਦਾ ਸਿੰਘ ਜੀ ਦੇ ਪਰਿਆਏ ਦਮਦਮੀ ਟਕਸਾਲ ਦੇ ਸਾਰੀ ਜ਼ਿੰਦਗੀ ਇਸ ਅਸਥਾਨ 'ਤੇ ਉਹ ਗੁਰੂ ਕਾਸ਼ੀ ਅਸਥਾਨ 'ਤੇ ਵਿੱਦਿਆ ਪੜ੍ਹਾਉਂਦੇ ਰਹੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਦੀਆਂ ਇਹ ਵਿਚਾਰਾਂ ਸਾਨੂੰ ਪੜ੍ਹਾਇਆ ਕਰਦੇ ਸਨ ਪਿਆਲਾ ਖੋ ਸ੍ਰੀ ਵਾਹ ਹਾਂ ਇਸ ਵਾਸਤੇ ਕਹਿੰਦੇ ਨੇ ਉਹ ਐਸਾ ਨਹੀਂ ਕੋਈ ਹਵਾ ਚੱਲੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਡੁਲਾ ਦੇਵੇ ਜਾਂ ਉਡਾ ਕੇ ਲੈ ਜਾਵੇ ਜਾਂ ਐਸਾ ਵੀ ਨਹੀਂ ਕਿ ਜਿਸ ਤਰ੍ਹਾਂ ਕੁਝ ਦੈਂਤ ਇੰਦਰਜੀਤ ਰਾਮ ਜੀ ਨੂੰ ਅਤੇ ਲਕਸ਼ਮਣ ਜੀ ਨੂੰ ਨੀਚੇ ਪਤਾਲ ਵਿੱਚ ਲੈ ਗਿਆ ਸੀ ਉਠਾ ਕੇ ਲੈ ਜਾਵੇ ਐਸਾ ਨਹੀਂ ਅਚਲ ਸਰੂਪ ਵਾਲਾ ਹੈ ਉਹਨੂੰ ਕੋਈ ਉਠਾ ਨਹੀਂ ਸਕਦਾ ਉਹਨੂੰ ਕੋਈ ਗਿਰਾ ਨਹੀਂ ਸਕਦਾ ਉਹਨੂੰ ਕੋਈ ਉਡਾ ਨਹੀਂ ਸਕਦਾ ਅਚਲ ਮੂਰਤ ਸਰੂਪ ਵਾਲਾ ਹੈ ਅਨੁਭਵ ਪ੍ਰਕਾਸ਼ ਅਤੇ ਉਹ ਸਵੈ ਪ੍ਰਕਾਸ਼ ਸਰੂਪ ਹੈ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ ਉਹਨੂੰ ਦੂਸਰਾ ਕੋਈ ਪ੍ਰਕਾਸ਼ ਦੇਣ ਵਾਲਾ ਨਹੀਂ ਹੈ ਜੀ ਅਮਿਤੋਜ ਕਹਿਜੈ ਮਿਣਤੀ ਤੋਂ ਰਹਿਤ ਓਜ ਬਲ ਵਾਲਾ ਕਹਿਜੈ ਕਹੀਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਲ ਨੂੰ ਕੋਈ ਮਿਣ ਨਹੀਂ ਸਕਦਾ ਲੱਖਾਂ ਨਹੀਂ ਕਰੋੜਾਂ ਮੀਟਰ ਕੱਪੜਾ ਗਜਾਂ ਨਾਲ ਮਿਣਿਆ ਹੀ ਜਾਂਦਾ ਹੈ ਤੇ ਇਤਨੀ ਵੱਡੀ ਧਰਤੀ ਇਤਨੇ ਵੱਡੇ ਮੁਲਕ ਕੱਛੇ ਜਾਂਦੇ ਨੇ ਜਰੀਬਾਂ ਦੇ ਨਾਲ ਕੱਛੇ ਹੀ ਜਾਂਦੇ ਨੇ ਮਿਣੇ ਜਾਂਦੇ ਨੇ ਤਾਂ ਹੀ ਹਰ ਮੁਲਕ ਦੀ ਲੰਬਾਈ ਚੌੜਾਈ ਬਿਆਨ ਕੀਤੀ ਜਾਂਦੀ ਹੈ ਵੀ ਇਤਨਾ ਲੰਬਾ ਹੈ ਇਤਨਾ ਚੌੜਾ ਹੈ ਪਰ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹਦੇ ਅਮਿਣਤੀ ਤੋਂ ਰਹਿਤ ਅਮਿਣਤ ਬਲ ਦੇ ਤਾਂ ਹੀ ਕੋਈ ਮਿਣ ਨਹੀਂ ਸਕਦਾ ਆਪਣੀ ਬੁੱਧੀ ਦੀ ਸਿਆਣਪ ਦੇ ਮਾਪ ਨਾਲ ਉਹਦੇ ਬਲ ਨੂੰ ਕੋਈ ਮਿਣ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਅਮਿਤੋਜ ਕਹਿਜੈ ਮਿਣਤੀ ਤੋਂ ਰਹਿਤ ਅਮਿਣਤ ਬਲ ਵਾਲਾ ਉਹਨੂੰ ਕਿਹਾ ਜਾਂਦਾ ਹੈ ਉਸਦੇ ਬਲ ਨੂੰ ਅਮਿਣਤ ਬਲ ਕਿਹਾ ਜਾਂਦਾ ਹੈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਜਪ ਸਾਹਿਬ ਕੌਣ ਉਹਦੇ ਬਲ ਨੂੰ ਗਾਵੇ ਜਿਹਦਾ ਬਲ ਗਾਇਆ ਹੀ ਨਾ ਜਾ ਸਕੇ ਜਿਸ ਦੇ ਬਲ ਦੀ ਤਾਰੀਫ ਨਾ ਹੋ ਸਕੇ ਪ੍ਰਸ਼ੰਸਾ ਨਾ ਹੋ ਸਕੇ ਕਿਤਨਾ ਕੁ ਉਹਦਾ ਬਲ ਹੋਵੇਗਾ ਕੌਣ ਕਹੇ ਕੌਣ ਬਿਆਨ ਕਰੇ ਕਿਸੇ ਵਿੱਚ ਬਲ ਹੀ ਨਹੀਂ ਕਿ ਕੋਈ ਉਹਦਾ ਬਲ ਗਾ ਸਕੇ ਕਿਉਂ ਕਿ ਅਮਿਤੋਜ ਕਹਿਜੈ ਮਿਣਤੀ ਤੋਂ ਰਹਿਤ ਅਮਿਣਤ ਬਲ ਵਾਲਾ ਉਸਨੂੰ ਕਹਿਜੈ ਕਿਹਾ ਜਾਂਦਾ ਹੈ ਕਥਨ ਕੀਤਾ ਜਾਂਦਾ ਹੈ ਵਿਦਵਾਨ ਉਸਨੂੰ ਅਮਿਣਤ ਬਲ ਵਾਲਾ ਕਥਨ ਕਰਦੇ ਹਨ ਕੋਟ ਇੰਦਰ ਇੰਦਰਾਣ ਕੋਟ ਇੰਦਰ ਇੰਦਰਾਣ ਇੱਕ ਇੰਦਰ ਰਾਜਾ ਨਹੀਂ ਕਰੋੜਾਂ ਇੰਦਰ ਰਾਜੇ ਹੋਣ ਅਤੇ ਇੱਕ ਕੁਰਸੀ ਨਹੀਂ ਇੰਦਰ ਰਾਜੇ ਦੀ ਇੰਦਰਾਣ ਕਰੋੜਾਂ ਕੁਰਸੀਆਂ ਹੋਣ ਔਰ ਕਰੋੜਾਂ ਇੰਦਰ ਰਾਜੇ ਦੀਆਂ ਇੰਦਰਾਣੀਆਂ ਪੱਛਰਾਂ ਹੋਣ ਕਿਉਂਕਿ ਲੱਖ ਅੰਮ੍ਰਿਤ ਲੱਖ ਇੰਦਰ ਲੈ ਹੋਏ ਸਕੇ ਛਿੜਕਣ ਦਰਬਾਰਾ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਇੰਦਰ ਜਿਹੜਾ ਸਵਰਗਾਂ ਦਾ ਰਾਜਾ ਹੈ ਉਹ ਮਾਸ਼ਕੀ ਬਣ ਕੇ ਦੇਵਤਿਆਂ ਦਾ ਅੰਮ੍ਰਿਤ ਲੈ ਕੇ ਹੇ ਗੁਰੂ ਨਾਨਕ ਸਾਹਿਬ ਹੇ ਅਕਾਲ ਪੁਰਖ ਵਾਹਿਗੁਰੂ ਹੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਰਾਹਾਂ ਵਿੱਚ ਦੀ ਤੂੰ ਲੰਘਣਾ ਹੁੰਦਾ ਹੈ ਉਹ ਅੰਮ੍ਰਿਤ ਨਾਲ ਮਾਸ਼ਕੀ ਬਣ ਕੇ ਛਿੜਕਾਉ ਕਰਦਾ ਤਾਂ ਹੀ ਉਹ ਜਿਨ੍ਹਾਂ ਰਾਹਾਂ ਵਿੱਚ ਦੀ ਤੂੰ ਲੰਘਦਾ ਮੈਂ ਕੁੱਠਦੀ ਏ ਇਹਨਾਂ ਰਾਹਾਂ ਵਿੱਚ ਜਿੱਥੇ ਸਫਾਈ ਦਾ ਪਹਿਲੂ ਤੇ ਕਾਫੀ ਹੈ ਪਰ ਧੂੰਆਂ ਹੀ ਧੂੰਆਂ ਚੱਲਦਾ ਹੈ ਬਦਬੂ ਹੀ ਬਦਬੂ ਚੱਲਦੀ ਹੈ ਇੱਕ ਦਿਨ
ਜਦੋਂ ਇੱਥੋਂ ਚੱਲ ਕੇ ਜਲੂਸ ਦੇ ਰੂਪ ਵਿੱਚ ਸ਼ਹਿਰ ਵਿੱਚ ਤਸ਼ਰੀਫ ਲੈ ਗਏ, ਉਹਨਾਂ ਰਾਹਾਂ ਦੀ ਧੂੜ ਲੋਕ ਮੱਥੇ 'ਤੇ ਲਾ ਰਹੇ ਸਨ, ਪਿਆਲਾ ਖੋਸ ਤੁਸਾਂ ਸਭ ਕੁਝ ਅੱਖੀਂ ਡਿੱਠਾ, ਸ਼ਾਮਿਲ ਹੋ ਕੇ ਦੇਖਿਆ। ਜਦੋਂ ਇਸ ਅਸਥਾਨ ਦਾ ਮਹੂਰਤ ਹੋਇਆ, ਆਪਣੇ ਸਭ ਕੁਝ ਡਿੱਠਾ ਹੈ, ਹੁਣ ਪਹਿਲਾਂ ਸੜਕ ਉੱਪਰ ਧੂੜ ਤੁਸੀਂ ਕਿਉਂ ਨਹੀਂ ਲਾਉਂਦੇ? ਕਿਉਂਕਿ ਕਿਆ ਗਲੀਆਂ ਰੌਸ਼ਨ ਹੋਤੀ ਥੀਂ ਜਬ ਯਾਰ ਹਮਾਰਾ ਗੁਜ਼ਰੇ ਥਾ, ਪਿਆਲਾ ਖੋ ਸ੍ਰੀ ਵਾਹ। ਕਿਉਂ ਗਲੀਆਂ ਉਹ ਰਸਤੇ, ਉਹਨਾਂ ਰਾਹਾਂ ਵਿੱਚੋਂ ਨੂਰ ਬਿਖਰਦਾ ਹੈ। ਰੌਸ਼ ਹਫੀਜ਼ ਜਲੰਧਰੀ, ਕਿਉਂਕਿ ਜਲੰਧਰ ਦੇ ਸਨ, 47 ਵਿੱਚ ਉੱਧਰ ਚਲੇ ਗਏ। ਫਿਰ ਦਿਲ ਕੀਤਾ ਆਪਣੀਆਂ ਗਲੀਆਂ ਦੇਖ ਆਵਾਂ, ਅਤੇ ਜਦੋਂ ਆਏ ਤਾਂ ਉਹਨਾਂ ਗਲੀਆਂ ਵਿੱਚ ਜਿੱਥੇ ਉਹਨਾਂ ਦਾ ਬਚਪਨ ਸੀ, ਖੇਲੇ ਪਲੇ, ਪੜ੍ਹ ਕੇ ਵੱਡੇ ਹੋਏ, ਸ਼ਾਇਰ ਬਣੇ। ਫਿਰ ਉਹਨਾਂ ਨੇ ਲਿਖਿਆ, ਕਿਆ ਗਲੀਆਂ ਰੌਸ਼ਨ ਹੋਤੀ ਥੀ ਜਬ ਯਾਰ ਹਮਾਰਾ ਗੁਜ਼ਰੇ ਥਾ, ਹਫੀਜ਼ ਜਲੰਧਰੀ। ਇਹਨਾਂ ਗਲੀਆਂ ਵਿੱਚੋਂ ਜਦੋਂ ਤੂੰ ਲੰਘਦਾ ਸੈਂ, ਉਦੋਂ ਇਹਨਾਂ ਰਾਹਾਂ ਵਿੱਚ ਚਾਨਣ ਹੋ ਜਾਂਦਾ ਸੀ। ਹਾਂ, ਉਹਨਾਂ ਨੇ ਤਾਂ ਬੇਸ਼ੱਕ ਜਲੰਧਰ ਦੀਆਂ ਗਲੀਆਂ ਦੇ ਮੁਤਲਕ ਹੀ ਲਿਖਿਆ ਹੈ, ਪਰ ਜਿੱਥੋਂ ਦੀ ਵੀ ਗੁਰੂ ਨਾਨਕ ਸਾਹਿਬ ਲੰਘ ਗਏ, ਗੁਜ਼ਰ ਗਏ, ਭਾਵੇਂ ਉਹ ਅਰਬ ਸਨ, ਭਾਵੇਂ ਉਹ ਚੀਨ ਸੀ, ਭਾਵੇਂ ਕੋਈ ਦੇਸ਼ ਸੀ, ਉਹ ਰੌਸ਼ਨ ਹੋ ਗਏ। ਅੱਜ ਵੀ ਜਿਨ੍ਹਾਂ ਰਾਹਾਂ ਵਿੱਚੋਂ ਤੁਸੀਂ ਲੰਘ ਗਏ ਜਲੂਸ ਦੇ ਰੂਪ ਵਿੱਚ, ਹੇ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਸੜਕਾਂ ਦੀ, ਉਹਨਾਂ ਰਾਹਾਂ ਦੀ ਲੋਕ ਧੂੜੀ ਮੱਥੇ 'ਤੇ ਲਾਉਂਦੇ ਨੇ। ਇਸ ਵਾਸਤੇ ਕਰੋੜਾਂ ਇੰਦਰ ਔਰ ਕਰੋੜਾਂ ਇੰਦਰ ਦੇ ਤਖ਼ਤ, ਕਰੋੜਾਂ ਇੰਦਰ ਦੀਆਂ ਜਿਹੜੀਆਂ ਸੁਪਤਨੀਆਂ ਨੇ, ਆਪਣੀਆਂ ਪਤਨੀਆਂ ਆਪਣੇ ਤਖ਼ਤਾਂ ਦੇ ਸਹਿਤ ਤਖ਼ਤ ਭਾਗ ਛੱਡ ਕੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਇੰਦਰ ਵਰਗੇ ਰਾਜਿਆਂ ਦਾ ਵੀ ਇੰਦਰਾਨ ਰਾਜਾ ਹੈ, ਇੰਦਰ ਹੈ। ਕਹੂੰ ਰਾਜਾ ਇੰਦਰ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਸਿਪਾਹੀ ਸ਼ੀਨ ਲੇਤ ਹੋ, ਅਕਾਲ ਉਸਤ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ। ਕਦੇ ਇੰਦਰ ਨੂੰ ਭਿਖਾਰੀ ਸਮਝ ਕੇ ਇੰਦਰ ਦੀ ਪਦਵੀ ਦੇ ਦਿੰਦਾ ਹੈ, ਔਰ ਕਦੇ ਉਹਦੇ ਪਾਸੋਂ ਇਹ ਪਦਵੀ ਖੋਹ ਵੀ ਲੈਂਦਾ। ਸਮਝਣਾ ਚਾਹੀਦਾ ਹੈ, ਜਿਹੜਾ ਬਖਸ਼ਾਂ ਕਰਦਾ ਹੈ ਉਹ ਵਾਪਸ ਵੀ ਲੈ ਲੈਂਦਾ ਹੈ। ਮਹਾਨ ਕੀਰਤਨੀਏ ਬਾਬਾ ਜਵਾਲਾ ਸਿੰਘ ਜੀ, ਠੱਟੇ ਟਿੱਬੇ ਵਾਲੇ, ਆਪਣੇ ਮਹਾਨ ਸੰਗੀਤਕਾਰ ਸਪੁੱਤਰ ਭਾਈ ਅਵਤਾਰ ਸਿੰਘ ਜੀ, ਗੁਰਚਰਨ ਸਿੰਘ ਜੀ ਨਾਲ ਬੇਰ ਸਾਹਿਬ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਜਦੋਂ ਸੰਪੂਰਨਤਾ ਹੋਈ, ਅਰਦਾਸ ਤੋਂ ਬਾਅਦ ਵਾਕ ਗੁਰੂ ਕਾ ਹੁਕਮਨਾਮਾ ਹੋਇਆ, ਕੜਾ ਪ੍ਰਸ਼ਾਦ ਵਰਤਣਾ ਸ਼ੁਰੂ ਹੋਇਆ, ਮਹਾਰਾਜਾ ਜਗਜੀਤ ਸਿੰਘ ਜਦੋਂ ਸੇਵਾਦਾਰ ਪ੍ਰਸਾਦ ਦੇਣ ਲੱਗਾ, ਪ੍ਰਸਾਦ ਗੁਰੂ ਕੀ ਕਿਰਪਾ, ਗੁਰੂ ਦੀ ਬਖਸ਼ਿਸ਼, ਕਿਤਨੀ ਵੱਡੀ ਮਹਾਨਤਾ ਹੈ ਗੁਰੂ ਨਾਨਕ ਦੇਵ ਜੀ ਦੇ ਦਰ ਕਰਦੇ। ਜਦੋਂ ਕੜਾ ਪ੍ਰਸਾਦ ਵਰਤਦਾ ਹੈ, ਰਾਜਾ ਤੇ ਰੰਕ ਸਭ ਇੱਕ ਹੋ ਜਾਂਦੇ ਨੇ, ਉਦੋਂ ਬਾਦਸ਼ਾਹ ਵੀ ਹੱਥ ਅੱਗੇ ਕਰਕੇ ਮੰਗਦਾ ਹੈ ਬਖਸ਼ਿਸ਼। ਇੱਕ ਸਾਧਾਰਨ ਮੇਰੇ ਵਰਗਾ ਭਿਖਾਰੀ ਵੀ ਅੱਗੇ ਹੱਥ ਕਰਕੇ ਪ੍ਰਸਾਦ ਮੰਗਦਾ ਹੈ। ਇਹੋ ਹੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੈ, ਰਾਣਾ ਰੰਕ ਬਰਾਬਰੀ, ਇਉਂ ਹੀ ਤਾਂ ਹੁੰਦੇ ਨੇ। ਹਰ ਸੰਗਤ ਵਿੱਚੋਂ ਹਰ ਪ੍ਰੇਮੀ ਪ੍ਰਸਾਦ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾਲਤਾ ਹੱਥ ਜੋੜ ਕੇ ਮੰਗ ਰਹੇ ਸਨ। ਪਰ ਜਦੋਂ ਸੇਵਾਦਾਰ ਦੇਣ ਲੱਗਾ ਮਹਾਰਾਜਾ ਜਗਜੀਤ ਸਿੰਘ ਜੀ ਕਪੂਰਥਲਾ ਨੂੰ ਪ੍ਰਸਾਦ, ਤੇ ਉਹਨਾਂ ਨੇ ਹੱਥ ਬੰਦ ਕਰ ਲਏ, ਪਿੱਛੇ ਕਰ ਲਏ। ਉਹਨਾਂ ਦੇ ਪ੍ਰਾਈਵੇਟ ਸੈਕਟਰੀ ਨੇ ਅੱਗੇ ਹੱਥ ਕੀਤੇ, ਜੀ ਮਹਾਰਾਜਾ ਸਾਹਿਬ ਦੇ ਹੱਥ ਨੂੰ ਘਿਓ ਲੱਗ ਜਾਵੇਗਾ, ਇਹਨਾਂ ਦਾ ਪ੍ਰਸਾਦ ਮੈਨੂੰ ਦੇ ਦਿਓ। ਨਜ਼ਦੀਕ ਬੈਠੇ ਸਨ ਕਿਉਂਕਿ ਰਾਜੇ ਸਨ, ਤੇ ਬਾਬਾ ਜਵਾਲਾ ਸਿੰਘ ਜੀ ਨੇ ਡਿੱਠਾ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਬਸ ਇਹ ਬਖਸ਼ਿਆਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ ਸਨ ਤੁਹਾਡਿਆਂ ਵੱਡਿਆਂ ਨੂੰ, ਉਹਨਾਂ ਨੇ ਹੱਥ ਜੋੜ ਕੇ, ਹੱਥ ਫੈਲਾ ਕੇ, ਚੋਲੀ ਅੱਡ ਅੱਡ ਕੇ ਮੰਗੀਆਂ ਸਨ ਤਾਂ ਪ੍ਰਾਪਤ ਹੋਈਆਂ ਸਨ, ਪਰ ਹੁਣ ਤੁਸੀਂ ਉਹ ਬਖਸ਼ਿਆਂ ਲੈਣ ਤੋਂ ਇਨਕਾਰ ਕਰ ਰਹੇ ਹੋ, ਆਪਣੇ ਹੱਥ ਪਿੱਛੇ ਕਰ ਰਹੇ ਹੋ। ਇਹ ਬਖਸ਼ਿਆਂ ਹੁਣ ਜਾਣ ਵਾਲੀਆਂ ਹੀ ਨੇ, ਬਹੁਤਾ ਲੰਬਾ ਸਮਾਂ ਨਹੀਂ ਰਹਿਣਗੀਆਂ, ਸ਼ਾਇਦ ਸਾਲ ਵੀ ਨਾ ਰੰਗਿਆ ਤਾਂ ਰਾਜ ਸਾਰੀਆਂ ਸਟੇਟਾਂ ਤੋੜ ਦਿੱਤੀਆਂ ਗਈਆਂ, ਰਿਆਸਤਾਂ ਸਮਾਪਤ ਕਰ ਦਿੱਤੀਆਂ ਗਈਆਂ। ਆਹ ਕੁਝ ਦਿਨ ਪਿੱਛੇ ਜਨਵਰੀ ਵਿੱਚ ਮੈਨੂੰ ਕਪੂਰਥਲਾ ਜਾਣ ਦਾ ਕਥਾ ਦੇ ਸੰਬੰਧ ਵਿੱਚ ਮੌਕਾ ਮਿਲਿਆ, ਮੇਰੀਆਂ ਆਹਾਂ ਨਿਕਲ ਗਈਆਂ ਉੱਥੋਂ ਦਾ ਵਾਤਾਵਰਨ ਦੇਖ ਕੇ, ਪਿਆਲਾ ਖੋ ਸ੍ਰੀ ਵਾਹ। ਬਈ ਇਹ ਤਾਂ ਕਪੂਰਥਲਾ ਸਿੱਖੀ ਦੀ ਸ਼ਾਨ ਆਉਣ ਦਾ ਪ੍ਰਤੀਕ ਸੀ, ਕੈਸਾ ਵਾਤਾਵਰਨ ਬਣਿਆ ਹੋਇਆ ਹੈ। ਪਰ ਜਦੋਂ ਕੋਈ ਗੁਰੂ ਦੀ ਬਖਸ਼ਿਸ਼ ਤੋਂ ਹੀ ਇਨਕਾਰ ਕਰ ਦੇਵੇ ਫਿਰ ਉਹ ਵਾਪਸ ਲੈ ਲੈਣ। ਇਸ ਵਾਸਤੇ ਇਹ ਅਕਾਲ ਪੁਰਖ ਵਾਹਿਗੁਰੂ, ਤੂੰ ਵੱਡੇ ਵੱਡੇ ਜਿਹੜੇ ਇੰਦਰ ਰਾਜੇ ਨੇ ਉਹਨਾਂ ਦਾ ਵੀ ਇੰਦਰ ਰਾਜਾ ਹੈ, ਇੰਦਰ ਦੀ ਪਦਵੀ ਤਖ਼ਤ ਬਖਸ਼ਣ ਵਾਲਾ ਹੈ,
साहे साहान गिणित जाए, शाहूकारा का व्डा शाहूकार गिणित जाए, गिणिया जाता है विचारया जाता है, कुबेर वर्गे शाहू भी तेरे तो ही खजाने मंगते हैं जी। त्रिपवन महीप हे अकाल पुरख वाहेगुरु, त्रिपवन जिथे भी शब्द आवेगा उथे तीन लोगों का भाव होगा। हजूर फरमाते ने त्रिपवन महीप, तू तिना लोगों का राजा है, तिना लोगों का मालिक है, तिना लोगों का महीप मही तरथी उदा पति राजा, तू तिना लोगों का महीप राजा है। त्रिपवन महीप सुर नर असुर देवते पुरुष असुर दैंत नेत नेत बन त्रिण कहत, ये सारे भी हे अकाल पुरख वाहगुरु तैनु बेअंत बेअंत कहंदे ने, ते नाल नाल बन जेड़े जंगल ने, त्रिण जेड़े कख ने, ये सारे भी क्योंकि नाम कमाई की एक अवस्था है। संत बाबा नंद सिंह जी जदों जंगल में जा बैंदे सन, ऐसा वातावरण बनता सी जिवें वृक्षां दे पत्रे पत्रे विचों अमृत चढ़दा होवे ते श्री वाहिगुरु जी दे नाम का उचारण हो रहा होवे, प्याला खो श्री, ये कमाई का है। इन्हां दी वदा भी जीवन है, इन्हां दी भी जुबान है। इस वास्ते कहंदे ने बन जंगल, जंगल दे वृक्ष, त्रिण कख, ये सारे देवते दैंतां पुरशां दे नाल मिलके हे अकाल पुरख वाहिगुरु तैनू सारे ही बेअंत कहंदे ने, बेअंत कहंदे ने, हे अकाल पुरख वाहिगुरु तू बेअंत है, हे अकाल पुरख वाहिगुरु तू बेअंत है जी। तब सर्व नाम कथा कवन, हाँ क्योंकि परम जिवें आरंभ विच अरस कीती गई सी दसम ग्रंथ जी दियां हथ लिखत बीड़ां ते वबा तत्ते दे नीचे पाया गया है। भाई जोगिंदर सिंह जी तलवाड़ा ने जो अखंड कीर्तनी जत्थे नाल संबंध रखते ने, उन्होंने लिखिया है कि गुरबाणी विच वड्डे छोटे अखर जो अखरां दे नीचे पाए जाते सन, असी अपनी सियाणप नाल ये मर्यादा भी हटा दी, बराबर कर दते और उस परंपरा नूं मिटा दिता। बेनती कर रहे सां कि ये तत्ते दे नीचे वबा है, बराबर नहीं। सर्व नाम कथे कवन, हे अकाल पुरख वाहगुरु तेरे सारे नामां दा कौन कथन करे। दुनिया दी 18,000 बोली है, वखरे वखरे नाम लोग लेंदे ने, पर दशमेश पिता जी कहंदे ने शेष नाग सिरसैस बनाई, द्वै सहन सरस नहा सुहाई, रटता बेलग नाम अपारा, तुमरा तऊ ना पाईत पारा। 2,000 जबान दे नाल शेष नाग रोज नवे नाम उचारण करता है, अजे तक तेरे नाम नहीं मुके। तो सर्व नाम कथे कवन, हे प्रभु तेरे सारे नामां दा कौन कथन करे, कौन बयान करे। कर्म नाम वर्णत समत, हे अकाल पुरख वाहिगुरु जेड़े तेरे कर्म नाम सन, जो जो तू कर्म कीते, जो जे जेड़े जेड़े तुसा कर्म कीते ने, कलगियां वाला क्योंकि सिर ते कलगी लगा ली, बाजां वाला हाथे बाज बैठा लीता, ते फिर अमरदाता अमर दी दात बख्शिश कीती, नीले वाला नीले घोड़े ते असवारी कीती, मुरली मनोहर गुरु ग्रंथ साहब दे शब्द आए ने, मूंह नूं मुरली लगा ली तां मुरली वाला, जे ओ एक चीची एक उंगल ते पहाड़ उठा लिया तां गोवर्धन धारी कह दिता। कर्मा करके जेड़े तेरे नाम पहे सन, सारे श्रेष्ठ मत वाले सुमत, श्रेष्ठ मत वाले साधक जन तेरे प्यारे, सारे ही रल के तेरे कर्मा वाले जेड़े नाम, जो जो तू कर्म कीते ने कर्मा दे करने करके, जिवें त्रिपुरार रावणार ये नाम हजूर गुरु गोबिंद सिंह जी ने भी वरते ने, संस्कृत दे विद्वाना ने भी इन्हों वरत्या है, ये नाम तेरे ता वर्णन करते ने क्योंकि जो जो तू कर्म कीते ने, पर तेरे निराकार रूप दे जो सारे नाम ने उन्हां नूं कोई कथन नहीं कर सकता, बयान नहीं कर सकता। शुभ मत वाले साधिक लोग जेड़े ने ओ तेरे कर्मा द्वारा, जो जो तू परपकार कीते, कर्म कीते, कर्मा करके जो तेरे नाम पै सन, उन्हां दा वर्णन करते ने, वर्णत कथन करते हैं, बयान करते ने, उन्हां नूं लोगां दे सामने रखते ने जो तेरे परपकार कर्म करके कर्म नाम पै गए, जो कर्मा द्वारा प्रसिद्ध नाम हुए ने। शुभ मत वाले लोग उन्हां नामां दा उचारण करते हैं। ਇਉਂ ਦਸ਼ਮੇਸ਼ ਪਿਤਾ ਜੀ ਸ੍ਰੀ ਪਾਮਟਾ ਸਾਹਿਬ ਜਮੁਨਾ ਨਦੀ ਦੇ ਕਿਨਾਰੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਬੈਠਦਿਆਂ ਹੋਇਆਂ ਉਹਦੇ ਨਿਰਗੁਣ ਰੂਪ ਦਾ ਵਰਣਨ ਕਰਦੇ ਨੇ। ਕੱਲ੍ਹ
ਭੁਜੰਗ ਪ੍ਰਿਆਤ ਛੰਦ ਨਵਾਸੰ ਅਕਾਲੇ ਨਵਾਸੰ ਕਿਰਪਾਲੇ ਨਵਾਸਤੰ ਅਰੂਪੇ ਨਵਾਸਤੰ ਅਰੂਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁੱਲ ਆਲਮ ਦੇ ਸੁਲਤਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰਤ ਸਾਹਿਬ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਗਿਆਨ ਦਾ ਦਾਤਾ ਨਾਮ ਦਾ ਦਾਤਾ ਮੁਕਤ ਦਾ ਦਾਤਾ ਭੁਗਤ ਦਾ ਦਾਤਾ ਆਪ ਨਾਰਾਇਣ ਕਲਾ ਤਹਾਰ ਜਗ ਮਹੇ ਪਰਵਰਿਆਉ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਉ ਵਾਹਿਗੁਰੂ ਸਰੂਪ ਨਿਰੰਕਾਰ ਸਰੂਪ ਤਨ ਤਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਪਰਮੇਸ਼ਵਰ ਦੇ ਨਾਲ ਅਭੇਦ ਹੋਏ ਹੋਏ ਮਹਾਂਪੁਰਸ਼ਾਂ ਦੇ ਪਾਵਨ ਅਸਥਾਨ 'ਤੇ ਹਾਜ਼ਰ ਹੋ ਮਹਾਂਪੁਰਸ਼ਾਂ ਦੀ ਮੌਜੂਦਗੀ ਵਿੱਚ ਆਪ ਜੀ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਮਾਝ ਮਹੱਲਾ ਪੰਜਵਾਂ। ਪਾਵਨ ਅੰਮ੍ਰਿਤ ਗੁਰਬਾਣੀ ਦਾ ਰਸ ਪਿੰਨੜਾ ਪਰੰਪਰਾਇਕ ਮਿਰਯਾਦਾਇਕ ਕੀਰਤਨ ਮਹਾਨ ਵਿਦਵਾਨ ਕੀਰਤਨੀਆਂ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ ਹੈ। ਆਪ ਮਹਾਂਪੁਰਸ਼ਾਂ ਵੱਲੋਂ ਗੁਰੂ ਪਿਆਰੇ ਸਾਧ ਸਾਧੂ ਸਿੰਘ ਜੀ ਵੱਲੋਂ ਆਪ ਸੰਗਤਾਂ ਵੱਲੋਂ ਹੁਕਮ ਹੋਇਆ ਸੀ ਸ੍ਰੀ ਜਾਪ ਸਾਹਿਬ ਜੀ ਦੇ ਪਾਵਨ ਵਿਚਾਰ ਦੇ ਵਿਚਾਰਨ ਦਾ ਜੋ ਕੁਝ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਡਿਆਂ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤਾ ਉਹਦੇ ਵਿੱਚੋਂ ਤਿਲ ਫੁੱਲ ਜਿਤਨਾ ਕਦਾਸਰਾ ਪ੍ਰਾਪਤ ਕਰ ਸਕਿਆ ਆਪ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਜਾ ਰਿਹਾ। ਬੇਨਤੀ ਕਰਾਂਗਾ ਸੁਨਿਮਰ ਬੇਨਤੀ ਹੱਥ ਜੋੜ ਕੇ ਗੁਰੂ ਪਿਆਰਿਆਂ ਨੂੰ ਕਿ ਆਰੰਭਕ ਸ਼ਬਦ ਪੜ੍ਹੋ ਜੋ ਅੱਜ ਦਾ ਵਿਚਾਰ ਆਰੰਭ ਹੈ ਜੀ। ਭੁਜੰਗ ਭੁਜੰਗ ਪ੍ਰਿਆਤ ਛੰਦ ਭੁਜੰਗ ਪ੍ਰਿਆਤ ਛੰਦ ਸੰਸਕ੍ਰਿਤ ਦਾ ਸ਼ਬਦ ਹੈ ਔਰ ਇੱਕ ਛੰਦ ਦਾ ਨਾਮ ਹੈ। ਸੰਸਕ੍ਰਿਤ ਦੇ ਵਿਦਵਾਨ ਭੁਜੰਗ ਸਰਪ ਨੂੰ ਕਹਿੰਦੇ ਹਨ। ਦਸਨ ਬਿਹੂਨ ਭੁਜੰਗੰ ਮੰਤਰੰ ਗਾਰੜੀ ਨਿਵਾਰਨ ਵਿਆਦ ਪਾੜਨ ਸੰਤੰ ਮਹੱਲਾ ਪੰਜਵਾਂ ਗਾਥਾ। ਇੱਥੇ ਭੁਜੰਗੰ ਦਾ ਮਤਲਬ ਹੈ ਸਰਪ। ਭੁਜੰਗ ਸਰਪ ਪ੍ਰਿਆਤ ਜਿਵੇਂ ਚੱਲਦਾ ਹੋਵੇ ਜਿਵੇਂ ਤੁਰਦਾ ਹੋਵੇ ਜਿਵੇਂ ਸੱਪ ਮਸਤੀ ਵਿੱਚ ਹੋਵੇ। ਮਸਤੀ ਤਾਂ ਹਰ ਜੀਵ ਨੂੰ ਪ੍ਰਾਪਤ ਹੁੰਦੀ ਏ। ਮੋਰ ਬਬੀਹੇ ਬੋਲ ਦੇਖ ਬੱਦਲ ਕਾਲੇ ਭਾਈ ਸਾਹਿਬ ਗੁਰਦਾਸ ਜੀ
ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਘਟਾਵਾਂ ਘੁਲਦੀਆਂ ਹਨ, ਬੱਦਲਾਂ ਦੀ ਗੜਗੜਾਹਟ ਹੁੰਦੀ ਹੈ, ਬਿਜਲੀ ਚਮਕਦੀ ਹੈ, ਤਾਂ ਮੋਰਾਂ ਨੂੰ ਬਬੀਹਿਆਂ ਨੂੰ ਖੁਸ਼ੀ ਹੁੰਦੀ ਔਰ ਉਹ ਖੁਸ਼ੀ ਵਿੱਚ ਪਹਿਲਾਂ ਪਾਉਂਦੇ ਨੇ, ਝੂਮਦੇ ਹਨ। ਇਸੇ ਹੀ ਤਰ੍ਹਾਂ ਆਪਣੇ ਛੋਟੇ ਜਿਹੇ ਬੱਚੇ ਨੂੰ ਦੇਖ ਕੇ ਮਾਂ ਨੂੰ ਵੀ ਖੁਸ਼ੀ ਹੁੰਦੀ ਹੈ ਔਰ ਉਹ ਖੁਸ਼ੀ ਆਪਣੇ ਬੱਚੇ ਦੇ ਦੇਖਣ ਦੀ ਉਹ ਬਿਆਨ ਨਹੀਂ ਕਰ ਸਕਦੀ। ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਨੂੰ ਵੀ ਸਦਵਿਗਾਸਤਾ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਰਸ ਅਨੁਭਵ ਕਰਦੇ ਹਨ, ਨਾਮ ਦਾ ਰਸ ਮਾਣਦੇ ਹਨ। ਉਹ ਮੁਕੰਮਲ ਤੌਰ 'ਤੇ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਸਤੀ, ਇਹ ਆਨੰਦ, ਇਹ ਖੁਸ਼ੀ ਬਿਆਨ ਕਰਨ ਵਾਲੀ ਚੀਜ਼ ਹੈ ਹੀ ਨਹੀਂ। ਪੀਖਾ ਬਾਤ ਗਮ ਕੀ ਕਹਿਣ ਸੁਣਨ ਕੀ ਨਾਹੇ, ਜੋ ਜਾਣੇ ਸੋ ਕਹੇ ਨਹੀਂ, ਕਹੇ ਸੋ ਜਾਣੇ ਨਾਹੇ। ਪੀਖਾ ਇਹ ਵਿਚਾਰਾਂ ਦਰਸਾਉਣ ਵਾਲੀਆਂ ਨਹੀਂ ਪਰ ਨਾਮ ਰੱਸੀਆਂ ਦੇ ਰੰਗ ਰਤੜੇ ਨੈਣਾਂ ਤੋਂ, ਉਹਨਾਂ ਦੇ ਚਿਹਰੇ ਦੇ ਜਾਹੋ ਜਲਾਲ ਤੋਂ, ਮੁਸਕਰਾਹਟ ਤੋਂ ਪਤਾ ਲੱਗਦਾ ਹੈ ਕਿ ਚੂਪੀ ਨਿਰਨੌ ਪਾਇਆ ਰੇ ਆਸਾ ਮਹੱਲਾ ਪੰਜਵਾਂ, ਉਸ ਆਨੰਦ ਨੂੰ, ਸੁੱਖ ਨੂੰ ਪ੍ਰਾਪਤ ਕਰ ਲਿਆ ਪਰ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਦਾ ਕਥਨ ਨਹੀਂ ਕੀਤਾ ਜਾ ਸਕਦਾ। ਕੱਲ੍ਹ ਬਾਬਾ ਜੀ ਨੇ ਹੁਕਮ ਕੀਤਾ ਸੀ ਜ਼ਿਆਦਾ ਤੋਂ ਜ਼ਿਆਦਾ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ, ਕਿਉਂਕਿ ਇਹ ਸਪਤਾਹ ਉਹਨਾਂ ਦੇ ਬਰਸੀ ਯਾਦ ਸਮਾਗਮ ਦੇ ਸੰਬੰਧ ਵਿੱਚ ਮਨਾਇਆ ਜਾ ਰਿਹਾ ਹੈ। ਪਰ ਇਹ ਵੀ ਵਿਚਾਰ ਧਾਰਾਵਾਂ ਮਹਾਂਪੁਰਸ਼ਾਂ ਨੂੰ ਬਣਾਉਂਦੀ ਹੈ, ਲੋਕਾਂ ਵਿੱਚ ਆਮ ਰਿਵਾਜ ਹੈ। ਆਪਣੇ ਬਜ਼ੁਰਗਾਂ ਦਾ ਵਰੀਣਾ ਮਨਾਉਣਾ, ਸਾਲ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਦੇਣਾ, ਕੀਰਤਨ ਕਰਵਾ ਦੇਣਾ, ਰਿਸ਼ਤੇਦਾਰਾਂ ਬਿਰਾਦਰੀ ਨੂੰ ਬੁਲਾ ਕੇ ਲੰਗਰ ਕਰ ਦੇਣਾ, ਖਾਣਾ ਖਵਾ ਦੇਣਾ, ਦੂਸਰੇ ਸਾਲ ਫਿਰ ਕਹਿ ਦਿੰਦੇ ਨੇ ਹੁਣ ਗੁਰਦੁਆਰਾ ਸਾਹਿਬ ਹੀ ਕਰਵਾ ਦਿਓ, ਟਾਈਮ ਨਹੀਂ। ਤੀਸਰਾ ਸਾਲ ਆਉਂਦਾ ਹੈ ਅਤੇ ਇਸ ਯੁੱਗ ਵਿੱਚ ਬੱਚੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਭੁੱਲ ਜਾਂਦਾ ਹੈ। ਇਹ ਅੱਤ ਕਥਨੀ ਜਾਂ ਤਾਰੀਫ ਦੀ ਬਾਤ ਨਹੀਂ ਅਰਜ਼ ਕਰ ਰਿਹਾ, ਇੱਕ ਅਸਲੀਅਤ ਅਰਜ਼ ਕਰ ਰਿਹਾ ਹਾਂ ਕਿ ਮੈਂ ਤਾਂ ਪਹਿਲੀ ਵਾਰੀ ਇਸ ਅਸਥਾਨ 'ਤੇ ਬਾਬਾ ਜੀ ਨੂੰ ਅਤੇ ਸੰਗਤਾਂ ਨੂੰ ਸਾਰਿਆਂ ਸਤਿਕਾਰਯੋਗ ਮਹਾਂਪੁਰਸ਼ਾਂ ਦੇ ਦਿਨ ਮਨਾਉਂਦਿਆਂ ਦੇਖਿਆ ਹੈ, ਵਰਨਾ ਹਰ ਕੋਈ ਜਿਨ੍ਹਾਂ ਨੂੰ ਆਪਣੇ ਸਮਝੇ। ਉਂ ਤਾਂ ਸਾਧੂ ਸਭਨਾਂ ਦੇ ਹੁੰਦੇ ਨੇ, ਸੂਰਜ ਸਭਨਾਂ ਨੂੰ ਚਾਨਣੀ ਦਿੰਦਾ ਹੈ, ਚੰਦਰਮਾ ਦੀ ਚਾਂਦਨੀ ਸਭਨਾਂ ਲਈ ਹੈ, ਚੰਦਨ ਦੀ ਮਹਿ ਖੁਸ਼ਬੋ ਸਭਨਾਂ ਵਾਸਤੇ ਹੈ, ਗੁਲਾਬ ਦੇ ਫੁੱਲ ਕੋਲ ਕੋਈ ਜਾਵੇ ਜ਼ਰੂਰ ਖੁਸ਼ਬੂ ਆਵੇਗੀ ਆਵੇਗੀ। ਪਰ ਅਮੂਮਨ ਲੋਕ ਗੁਰੂਆਂ 'ਤੇ ਵੀ ਦਾਅਵਾ ਕਰਦੇ ਨੇ, ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਹ ਸਾਰੇ ਗੁਰੂ ਸਿੱਖਾਂ ਦੇ ਹੀ ਗੁਰੂ ਨੇ। ਪਰ ਦੁਨੀਆਂ ਦੇ ਇਤਿਹਾਸਕਾਰਾਂ ਨੇ ਜਾਂ ਖੁਦ ਸਤਿਗੁਰੂ ਜੀ ਨੇ ਇਹ ਵਿਚਾਰ ਦਰਸਾਈਏ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਹੈ ਬਾਹਰਾ ਜੀਓ, ਮਾਝ ਮਹੱਲਾ ਪੰਜਵਾਂ। ਸਤਿਗੁਰੂ ਸਭਨਾ ਦਾ ਭਲਾ ਮਨਾਏਦਾ, ਤਿਸਦਾ ਬੁਰਾ ਕਿਉਂ ਹੋਏ, ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਸਤਿਗੁਰੂ ਤਾਂ ਸਭਨਾ ਦਾ ਭਲਾ ਮਨਾਉਂਦੇ ਨੇ, ਉਹਨਾਂ 'ਤੇ ਇੱਕ ਅਨੋਖਾ ਆਦਰਸ਼ ਸੰਸਾਰ ਦੇ ਸਾਹਮਣੇ ਰੱਖਿਆ ਜੋ ਸਿੱਖ ਅਰਦਾਸ ਤੋਂ ਬਾਅਦ ਜ਼ਰੂਰ ਦੁਹਰਾਉਂਦਾ ਹੈ, ਜ਼ਰੂਰ ਦੁਹਰਾਉਂਦਾ ਹੈ। ਪਰ ਕਈ ਵਾਰੀ ਕੁਝ ਚੀਜ਼ਾਂ ਉੱਪਰੋਂ ਉੱਪਰੋਂ ਰਟੀਆਂ ਜਾਂਦੀਆਂ ਹਨ, ਖਾਸ ਤੌਰ 'ਤੇ ਸਾਡਾ ਮਹਿਕਮਾ ਕਥਾਕਾਰਾਂ ਦਾ, ਗਿਆਨੀਆਂ ਦਾ, ਵਿਦਵਾਨਾਂ ਦਾ, ਚੀਜ਼ਾਂ ਰੱਟ ਜ਼ਰੂਰ ਲੈਂਦਾ ਹੈ ਪਰ ਅੰਦਰ ਨਹੀਂ ਵਸਾਉਂਦਾ। ਚੀਜ਼ਾਂ ਰੱਟੀਆਂ ਹੋਈਆਂ ਇਸ ਲਈ ਹੁੰਦੀਆਂ ਨੇ ਕਿ ਸੰਗਤਾਂ ਨੂੰ ਸੁਣਾਉਣੀਆਂ ਨੇ। ਅਵਰਨ ਕੋ ਉਪਦੇਸ਼ ਬਤਾਵਤ, ਆਪ ਵੱਡਿਓ ਜੈਸੇ ਗੱਡ ਕੋ ਜੂਲਾ, ਸਾਰ ਗੋਤਾਵਲੀ।
असी इन्हां चीज़ां नूं अच्छा खासा कोटा लांदे हाँ, अपने दिमाग विच बैठाई दा है, फिर सोची दा है इस नूं किवें एक्सप्लेन करिए, किवें संगतां दे सामने बयान करिए, किवें संगतां ये साडियां दलीलां सुन के मोहित हो जाण ते ढेर लंगा देण। यानी साडे ज्ञान ते ध्यान दा, साडी विद्या दा इको नजरिया है, दुनिया दे पदार्थ प्राप्त हो जाण, दुनिया दीयां चीज़ां प्राप्त हो जाण। तां रटा रटा के तोते नूं वी इधर इंग्लिश पढ़ाई जांदी है, रटा रटा के समझा समझा के तुसी देखोगे दरवेश कुत्ता भी इंग्लिश समझदा है। कमाई करनी कुछ होर है, रटा लाउणा कुछ होर है, प्यान लखो श्री पर असी इसे ही हिसाब के नाल जो साडा कर्म है, जो साडा वातावरण है, सतगुरु जी ने तो सानू अरदास बख्शी सी कि सरबत दा भला मंगना है, हुक्म भी सी ते सारे पढ़िए, पर का बुरा न राखो चीत, जपो पर का बुरा न राखो चीत, तुमको दुख नहीं पाई मीत। आसा महला पंजवा, किसी भी मनुख का अपने दिल ते दिमाग विच बुरा ना चितव, बुरा ना सोच, बुरा ना विचार, चित हे चित समाए त होवे रंग घना, हुन हे महला पंजवा। इस चित विच किसी की बुराई नूं चित भी है, इस चित विच किसी का नुकसान चित भी है, तो मुनासिब नहीं। बाणी दे बोहे जी ने फरमाया, इस चित विच अपने चेतन ब्रह्म नूं वसा, अकाल पुरख वाहिगुरु नूं वसावेंगा तां तेरे जीवन विच आनंद आ जाएगा। हाँ, हजूर ने फरमाया, मनो अरदास करो, हे वाहिगुरु सरबत दा भला कर, हर मनुख दा भला कर, पुनिया नू होर पुन कर्म बख्श, धर्मिया नू होर धर्म बख्श, किरतिया दी किरत विच होर बरकत पा, विद्या विद्वाना नू होर विद्या दे, संगीतकारा नू होर संगीत बख्श, ओ तेरा जस गायन करन, तेरे संग तेरे बख्शे हुए संगीत दे सोने दे थाल विच ओ मानुकता नू संगता नू तेरी सिफत सलाह, तेरे गुण, तेरे नाम अमृत भोजन परोस परोस के भेट करन। हे अकाल पुरख वाहिगुरु सुखियां नू होर सुख बख्श, हे वाहिगुरु मां सारी दुनिया ते कोई मनुख ना नंगा रहे, कोई भुखा रहे, इस दुनिया विच्चों नंगेस भी मिट जावे, भुख भी मिट जावे, दुख भी मिट जान, वैर भाव भी मिट जावे, किसी प्रकार किसी नू किसी तरह की कोई चिंता ही ना रहे। गुरु नानक देव जी महाराज ने काबे दी पावन धरती ते उथों धार्मिक लोगों वालों जो सतगुरु नाल वर्ताव होया सी, अच्छा नहीं सी, मुनासिब नहीं सी, ये ते धार्मिक थां ने रब दे पार ब्रह्म परमेश्वर दे जो सेवा करन वाले ने, वो ते हर आउन वाले दे कदम धोन, ऐसा प्यार करन के बस इंज धार्मिक स्थाना ते जान वाले नू महसूस होवे, सच कहा है गुरु ने, गोसाई महिंडा इठड़ा अम अबे था वो मिठड़ा, पैन पाई सब सजना तुदने जेहा नाही कोई जियो। श्री राग महला पंजवा अष्टपदिया, तू मैनू इतना प्यार कीता है, तू इतना मेरा प्यारा है, माता दा प्यार तेरे बराबर प्यार दे बराबर भी नहीं, पिता दा प्यार भी तेरे बराबर नहीं हो सकता, भैणा दा भरावां दा परिवार दा तेरे प्यार दे बराबर कित्थे पुजदा है, तुद जेहा ना ही कोई जियो। हाँ, हर गुरु दरबार विच हर आउण वाला इंज महसूस करे कि गुरु ने जेड़ा मैनू प्यार बख्शिया है वो ते है ही महान उच्चा, पर तेरे टहलियां ने, तेरे दर दियां संगतां ने,
इना मान बख्शा है, इना प्यार कीता है, जिवें ये सारी संगत मेरे सारे रिश्तेदारां नालों कोई उच्चा रिश्ता है। फरमान भी है, भाई गुरदास जी ने दस दरसाया सी, सारे रिश्ते अपने थां ते ने, पर प्यारेओ गुरु दे सिखो एक होर पक्ष भी समझ लवो, साध संगत दे रिश्ते नाते नालों बाकी सारे रिश्ते नीवें ने। संगत दा रिश्ता सदैवी है, जैसे गुर सिख साध संगत को नाता है, भाई साहब भाई गुरदास जी। पर अमूमन जदों भी कोई धार्मिक थावां ते जांदा है, उत्थे रहण वाले लोग प्रबंध विच लोग लोगां नाल अजिहा वर्ताव करदे ने, ते कई बारी लोग कहिंदे ने कि उत्थे मुड़ नहीं जाना, मुड़ के वात उत्थे नहीं जाना, क्योंकि उत्थे बड़ा रुखा वर्ताव हुंदा है, रुखा सलूक हुंदा है। हाँ, ये सतगुरु दे पावन पितर अस्थान हैं। बेनती कर रहा सां, लोग अपने बजुर्गां ते दिन मनाने भुल जांदे ने, क्योंकि ये रस्मां दी दुनिया है, रिवाजां दी दुनिया है, दिखावे दी दुनिया है, भुलावे दी दुनिया है, असलियत तों बहुत दूर रहण वाली दुनिया है। इत्थे ते सिर्फ मनुख दा कोई भी नहीं है, ते सिर्फ स्वार्थ। जिस तरीके नाल भी स्वार्थ होवे, जिस तरीके नाल भी अपना काम निकले, बस कढ़न दी कोशिश है अपना ओह जो कम आवे, अपना ओह जिस तों कुछ प्राप्त हो सके, अपना ओह जिस तों कोई साडा मतलब पूरा हो सके। तो जदों समझ लैंदे ने बच्चे हुण बजुर्गां तों कोई सानू लाह नहीं प्राप्त हो सकता, भुल जाते ने, पर ये पहला मौका देखिया है कि अपने महापुरशां दे नाल नाल पंथ विच जितनियां वरसाईयां शख्सियतां ने, महापुरशां दी प्रेरणा नाल, बाबा जी दे दी प्रेरणा दे नाल वो सारे समागम मनाए जा रहे ने प्यार नाल खूब सेवा, क्योंकि समझ लिया है ये सारे महापुरश गुरमुख गुरसिख सतगुरु दे प्यारे हैं। ते जो हर का प्यारा सो सबना का प्यारा, होर केती चाख चाख आवे जावे, जेड़ा सतगुरु दा प्यारा है वो ते सबना दा प्यारा है, जो सतगुरु दा है वो साडा भी है। तां बेनती कर रहे सां, वर्ताव असी ऐसा कर रहे हाँ, अरदास विच कह के हटदे हां जे कि तेरे भाणे सरबत का भला, पर मिंट नहीं लगता श्री मुखवाक हुंदिया ही पग्गां लैणियां शुरू हो जांदियां ने, जां कुछ होर शुरू हो जांदा है, क्योंकि असीं उपरों अरदास करते हैं। जदों दिल की गहराई से डूब कर पा जा सुरागे जिंदगी, इकबाल, दिल दी गहराई तों अरदास करनी है। ये अरदास सतगुरु जी ने मन दे नाल संबंधित रखी सी, सिर्फ तोते दे वांग जबान तों रटन वास्ते ही नहीं सी। अरदास कह के हटदे हाँ सरबत दे भले दे शब्द जुबानी दोहरांदे हाँ, पर फिर आपस विच गुथम गुथा हो जांदे हाँ। अजे तों हुण दास आया है, प्रसिद्ध कीर्तनीए भाई लाल सिंह जी मेठ वालिया ने बड़ी अजब बात सुनाई, कहन लगे एक थां ते असीं अजे कीर्तन स्टेज ते बैठे ही सां, ते साज सुर कर रहे सां, ते पिछले पासे किरपानां चलनियां शुरू हो गईयां कि ना उठ सकीए ना कुछ कर सकीए, ते अखीर एक प्रेमी कहन लगा जी तुसी बैठे रहो, ये अखे प्रैक्टिस हो रही है भाई, प्रैक्टिस करन लई होर थां बड़े हन। इत्थे ते असीं सतगुरु दियां बख्शां प्राप्त करनियां ने, सारे संसार दा पंथ दा सिक्खी दे भले लई अरदास करनी है। बेनती कर रहा सां, अर्ज कर रहा सां कि असीं उपरों उपरों रटे रटाए तरीके दे नाल अरदास करदे हां, पर इह तां मन दे नाल करनी है, भावना नाल करनी है, श्रद्धा नाल करनी है, तां खुशी आउंदी है मनुख दे जीवन विच, ते दुख भी मनुख दे जीवन विच आउंदा है। सप दे जीवन विच भी खुशी है, तुसीं देखोगे वड्डे वड्डे डाकुआं ते भी खुशियां दे दिन आउंदे ने, वड्डे वड्डे धाड़वियां दे जीवन विच भी खुशियां दे दिन आउंदे ने। जदों वड्डा डाका मार लैंदे ने खुश नहीं हुंदे, वो भी फिर दान पुन करदे हैं, वो भी दान पुन करदे ने,
ਦੱਸਦੇ ਨੇ ਕਿ ਇੱਕ ਵਾਰੀ ਕਿਸੇ ਜੱਜ ਨੇ ਬੜੀ ਵੱਡੀ ਤਕੜੀ ਰਿਸ਼ਵਤ ਲਈਤੀ। ਕਤਲ ਕੇਸ ਵਿੱਚੋਂ ਉਹਨਾਂ ਨੂੰ ਬਰੀ ਕਰ ਦਿੱਤਾ ਜਿਨ੍ਹਾਂ ਤੋਂ ਰਿਸ਼ਵਤ ਲਈਤੀ, ਅਤੇ ਆ ਕੇ ਬਾਬਾ ਜੀ ਨੂੰ ਪਰਮ ਤਪਸ਼ਵੀ ਪਰਮ ਤਿਆਗੀ ਸੰਤ ਬਾਬਾ ਆਨੰਦ ਸਿੰਘ ਜੀ ਨੂੰ ਆ ਕੇ ਬੇਨਤੀ ਕਰਨ ਲੱਗੇ, ਜੀ ਦਾਸ 101 ਅਖੰਡ ਪਾਠ ਕਰਵਾਉਣਾ ਚਾਹੁੰਦਾ। ਬਾਬਾ ਜੀ ਨੇ ਹੱਸਦਿਆਂ ਜਵਾਬ ਵਿੱਚ ਉਹਨੂੰ ਆਖਿਆ, ਪ੍ਰੇਮੀਆਂ ਜੋ ਕੋਈ ਤੂੰ ਕਰਕੇ ਆਇਆ ਹੈ ਆਪ ਪਿੱਛਾ ਛੁਡਵਾ ਕੇ ਮੈਨੂੰ ਪਕੜਾਉਣਾ ਚਾਹੁੰਦਾ। ਪਿਆਰਿਆ, ਇਹੋ ਜੇ ਤਰੀਕੇ ਨਾਲ ਜੇ ਕੁਝ ਕਰਨਾ ਹੋਰ ਕਿਤੇ ਚਲਿਆ ਜਾ। ਅਸੀਂ ਇਹ ਸਾਡਾ ਨਾ ਗੁਰੂ ਇਸ 'ਤੇ ਦਾ ਹਾਮੀ ਹੈ, ਨਾ ਅਸੀਂ ਇਸ 'ਤੇ ਹਾਮੀ ਹੋ ਸਕਦੇ ਹਾਂ। ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਸਲਾਹੇ ਜੀਤ ਨਾ ਪੀਜੈ, ਜੇ ਬਦੀ ਕਰੇ ਤਾਂ ਤੱਸੂ ਨਾ ਛੀਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਤਨਾਸਰੀ ਮਹੱਲਾ ਪਹਿਲਾ। ਬਾਬਾ ਜੀ ਨੇ ਉਸਨੂੰ ਸਮਝਾਇਆ ਵੀ ਇਹ ਤਾਂ ਰਿਸ਼ਵਤ ਹੈ, ਵੱਡੀ ਇਹ ਹੱਥ ਦਲਾਲ ਕਹੇ, ਮੁਸਫੀ ਇਹ ਕਰੇ, ਨਾਨਕ ਅੱਗੇ ਸੋਹ ਮਿਲੈ ਜੇ ਖੱਟੇ ਕਾਲੇ ਦੇ। ਇਸ ਲਈ ਪਾਪ ਕਰਮ ਕਰਨ ਵਾਲਿਆਂ ਦੇ ਅੰਦਰ ਜੀਵਨ ਵਿੱਚ ਵੀ ਖੁਸ਼ੀ ਆਉਂਦੀ ਹੈ। ਪਾਪ ਬੁਰਾ ਪਾਪੀ ਕਹੋ ਪਿਆਰਾ, ਪਾਪ ਲਦੇ ਪਾਪੇ ਪਾਸਾਰਾ। ਆਸਾ ਮਹੱਲ ਖਿਮਾ ਕਰਨਾ, ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ। ਪਾਪ ਬੁਰੀ ਚੀਜ਼ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ, ਤਾਂ ਹੀ ਪਾਪੀ ਪਾਪ ਕਰਦਾ ਜੇ ਉਹਨੂੰ ਚੰਗਾ ਲੱਗੇ। ਤੁਹਾਨੂੰ ਜਿਸ ਨੂੰ ਪਾਪ ਚੰਗਾ ਨਹੀਂ ਲੱਗੇਗਾ ਕਦੇ ਉਹ ਪਾਪ ਕਰਮ ਕਰ ਹੀ ਨਹੀਂ ਸਕੇਗਾ। ਸੱਪ ਜ਼ਹਿਰੀਲਾ ਹੈ ਪਰ ਉਹਦੇ ਜੀਵਨ ਵਿੱਚ ਵੀ ਖੁਸ਼ੀ ਆਉਂਦੀ ਏ, ਗਮੀ ਆਉਂਦੀ ਏ। ਤਾਂ ਬੇਨਤੀ ਕਰ ਰਿਹਾ ਸਾਂ, ਮਹਾਂਪੁਰਸ਼ਾਂ ਦੇ ਜੀਵਨ ਦੇ ਅਖੀਰਲੇ ਸਾਲਾਂ ਦੀ ਘਟਨਾ ਹੈ। ਚੰਡੀਗੜ੍ਹ ਦੇ ਨਜ਼ਦੀਕ ਗੁਰਦੁਆਰਾ ਨਾਭਾ ਸਾਹਿਬ ਹੈ, ਪਿੰਡ ਦਾ ਨਾਮ ਵੀ ਨਾਭਾ ਹੈ, ਪਟਿਆਲਾ ਰਾਜਪੁਰਾ ਰੋਡ ਦੇ ਉੱਪਰ ਵਾਕਿਆ ਹੈ। ਮਹਾਂਪੁਰਸ਼ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਹਰ ਸਾਲ ਇੱਥੇ ਮਹੀਨਾ ਦੋ ਮਹੀਨੇ ਨਿਵਾਸ ਕਰਿਆ ਕਰਦੇ ਸਨ, ਵਿਦਿਆਰਥੀਆਂ ਸਮੇਤ ਠਹਿਰਿਆ ਕਰਦੇ ਸਨ। ਕਿਉਂਕਿ ਇੱਕ ਐਸੀ ਸ਼ਖਸੀਅਤ ਜਿਸ ਤੋਂ ਅਨੇਕਾਂ ਚਿਰਾਗ ਜਲੇ, ਅਨੇਕਾਂ ਸਿਤਾਰੇ ਰੋਸ਼ਨ ਹੋਏ, ਤਾਂ ਉਹਨਾਂ ਦੇ ਪ੍ਰਤਿਸ਼ਠਿਤ ਪ੍ਰਸਿੱਧ ਵਿਦਿਆਰਥੀਆਂ ਵਿੱਚੋਂ ਜੋ ਅੱਜ ਕੱਲ੍ਹ ਪਿੰਡਰਾਂ ਦੇ ਪੁਰਾਤਨ ਅਸਥਾਨ ਦੀ ਸੇਵਾ ਸੰਭਾਲ ਕਰਦੇ ਨੇ, ਮਹਾਨ ਤਪਸ਼ਵੀ ਮਹਾਨ ਤਿਆਗੀ ਅੱਜ ਦੇ ਯੁੱਗ ਵਿੱਚ ਸੰਤ ਗਿਆਨੀ ਮੋਹਨ ਸਿੰਘ ਜੀ ਵਿਦਿਆਰਥੀਆਂ ਨੂੰ ਕੁਝ ਸ਼ਾਸਤਰਾਰਥ ਸ਼ਾਸਤਰ ਦਾ ਵਿਚਾਰ ਪੜਾਉਣ ਤੋਂ ਬਾਅਦ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ, ਕਿਉਂਕਿ ਸਿਹਤ ਉਸ ਵਕਤ ਠੀਕ ਨਹੀਂ ਸੀ। ਆਪ ਕਥਾ ਅਤੇ ਸੰਥਿਆ ਨਹੀਂ ਸਨ ਕਰਵਾਉਂਦੇ। ਸ਼੍ਰੀਮਾਨ ਸੰਤ ਮੋਹਨ ਸਿੰਘ ਜੀ ਦੂਸਰੇ ਸ਼ਾਸਤਰਾਂ ਦੀ ਵਿਚਾਰ ਕੁਝ ਗਿਆਨੀ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ, ਔਰ ਬਾਕੀ ਵਿਦਵਾਨ ਵਿਦਿਆਰਥੀ ਵਾਰੀ ਵਾਰੀ ਕਥਾ ਦੀ ਸੇਵਾ ਕਰਦੇ ਸਨ। ਉਹਨਾਂ ਨੇ ਇੱਕ ਅਹਿਮ ਸਵਾਲ ਕੀਤਾ, ਕਹਿਣ ਲੱਗੇ, ਜੀ ਹੁਣੇ ਹੀ ਅਸੀਂ ਸ਼ਾਸਤਰ ਵਿਚਾਰ ਕੇ ਆਏ ਹਾਂ, ਜਿਹੜੀਆਂ ਬ੍ਰਹਮ ਗਿਆਨੀ ਗਿਆਨਵਾਨ ਦੀਆਂ ਨਿਸ਼ਾਨੀਆਂ ਲੱਖਣ ਅਤੇ ਗੁਣ ਨੇ, ਉਹ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਉਹ ਗੁਣ ਸਤਿਗੁਰੂ ਨੇ ਤੁਹਾਨੂੰ ਬਖਸ਼ ਦਿੱਤੇ ਨੇ, ਤੁਹਾਡੇ ਦਰਸ਼ਨ ਦੀਦਾਰ ਕਰਨ ਤੋਂ, ਸੋਹਬਤ ਕਰਨ ਤੋਂ, ਸੰਗਸਾਥ ਕਰਨ ਤੋਂ, ਉਹਨਾਂ ਗੁਣਾਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਮਹਾਰਾਜ, ਪਰ ਇੱਕ ਅਰਜ਼ ਹੈ, ਬੇਨਤੀ ਹੈ ਕਿ ਆਪ ਦੇ ਸਰੀਰ ਨੂੰ ਦੁੱਖ ਕਿਉਂ ਹੈ, ਇੱਕ ਤਕਲੀਫ ਕਿਉਂ ਹੈ? ਕਿਉਂਕਿ ਤੁਸੀਂ ਜੀਵਨ ਦੇ ਅਖੀਰਲੇ ਹਿੱਸੇ ਵਿੱਚ ਸਰੀਰ ਨੂੰ ਤਕਲੀਫ ਰਹੀ, ਆਪ ਦੇ ਸਰੀਰ ਨੂੰ ਦੁੱਖ ਕਿਉਂ ਹੈ? ਇਹ ਤਾਂ ਨਹੀਂ ਹੋਣਾ ਚਾਹੀਦਾ। ਜਿਤਨੇ ਵੱਡੀ ਸਿਆਣੀ ਵਿਅਕਤੀ ਨੇ, ਵਿਦਿਆਰਥੀ ਨੇ, ਵਿਚਾਰਕ ਨੇ ਸਵਾਲ ਕੀਤਾ ਸੀ, ਉਤਨੇ ਹੀ ਦ੍ਰਿੜਤਾ ਨਾਲ, ਵਿਚਾਰ ਨਾਲ ਮਹਾਨ ਜਵਾਬ ਵਿੱਚ ਕਹਿਣ ਲੱਗੇ, ਇਹ ਦੁੱਖ ਅਤੇ ਸੁੱਖ ਤੁਹਾਨੂੰ ਵਿਖਾਈ ਦਿੰਦਾ, ਡਾਕਟਰਾਂ ਨੂੰ ਵਿਖਾਈ ਦਿੰਦਾ। ਉਹ ਜਗਦੀਸ਼ ਸਿੰਘ ਆਉਂਦਾ ਨਾ ਪਟਿਆਲੇ ਵਾਲਾ ਡਾਕਟਰ, ਉਹ ਹੀ ਦੇਖਭਾਲ ਕਰਿਆ ਕਰਦਾ ਸੀ। ਅਖੇ ਉਹ ਵੀ ਸਾਨੂੰ ਬਾਣੀ ਪੜ੍ਹਨ ਤੋਂ ਰੋਕਦਾ ਹੈ, ਸਿਮਰਨ ਵਾਲੇ ਪਾਸਿਓਂ ਰੋਕਦਾ ਹੈ, ਕਥਾ ਕਰਨ ਤੋਂ ਰੋਕਦਾ ਹੈ। ਤੁਹਾਨੂੰ ਸਭਨਾਂ ਨੂੰ ਇਹ ਦੁੱਖ ਵਿਖਾਈ ਦਿੰਦਾ ਹੈ,
पर मेरे सतगुरु नानक साहब गुरु गोबिंद सिंह साहब श्री गुरु ग्रंथ साहब जी की कृपालता है, ब्रह्म ज्ञानी संत सुंदर सिंह जी खालसा दी प्रसन्नता है, मैनु ये दुख महसूस नहीं होता, मैनु आत्मक आनंद विच कोई फर्क नहीं। ये आनंद उन्होंने बख्शा हुआ है जो शरीरक दुखां ते सुखां तो पर है। मैं भी कोल सा उस वक्त भावे बहुत छोटा सा, इस जवाब सुनिया ते सबना ने सिर चुका दिता। श्रीमान संत ज्ञानी करतार सिंह जी खालसा जिन्हां ते पूरा पूरा उन्हां दा बचन सफला होया है, वो भी उस वक्त मौजूद सन। श्रीमान ज्ञानी वीर सिंह जी मधो के श्री नानक साल करेरा बिल्कुल नजदीक ए पिंड है, छेवें पातशाह ने चरण पाए ने, बहुत वड्डे विद्वान हैं, प्याला खो श्रीमान, वो भी मौजूद सन। होर कई विद्वान कई विद्यार्थी मौजूद सन, सबना ने सिर चुकाया और खिमा मंगी। कह लगे तुहानू विखाई देंदा है, प्रतीत हुंदा है जदों तुसी बाणी दी कमाई करोगे उदों तुसी भी शास्त्रां दीयां बातां छड के इस आनंद नू जे प्राप्त करना है तो बाणी द्वारा प्राप्त कर सकोगे। खाली पढ़ना ही काफी नहीं ज्ञानी जी, विचारना काफी नहीं, ये कमाई दी बात है। कमाई करोगे गुरबाणी दी, अभ्यास करोगे सिमरन दा, संगत दी सेवा करोगे तां ये अवस्थावां प्राप्त होणगीआं। तो ये ज्ञानी दे जीवन में जो खुशी आनंद है वह होर तरह का है, ते मनमुख दे जीवन में जेड़ी खुशी ते आनंद है वह होर प्रकार दी है। ज्ञानवान नू जो जीवन अंदर आनंद है वह होर तरह का है, अज्ञानी नू जो खुशी है वह होर तरीके दी है। ज्ञानवान नू जद दे अंदर जो आनंद है वह अठे पहर चरण कमल ध्यान हिरदय बिसर प्रभ बिसर नाही एक खिनो आसा छंत महला पंजवा गुरु नाल टिकया हुंदा है। मनमुख अज्ञानी नू जदों खुशी आउंदी है वह क्लब जां पब वल जांदा है, उस पासे जांदा है, वह उस पासे तुरदा है, वह उस पासे अपना वर्ताव करदा है। हाँ मोर नू खुशी हुंदी है ते वह मिठी आवाज नाल बोलदा है, कोल नू खुशी हुंदी है ऐसा बोल बोलदी है सामोहत हो जांदे ने। सप नू जदों मस्ती खुशी आउंदी है वह लोगां नू डंग मारदा है, रस्तियां दे उपर खलो जांदा है और डसना शुरू कर दिंदा है। तो जिवें सप मस्ती विच झूमदा होया वल पा पा के चलदा है दौड़दा है, हजूर कहिंदे ने भजंग प्रयात छंद, प्रयात दा चलना भजंग दा मतलब सप जिवें सप मस्ती विच चलदा है वल पा पा के कुंडल पा पा के, इवें इस छंद दी चाल है, इवें ये छंद पढ़िया जांदा है जी। नमस्तवंग अकाले, अकाले जो काल तों रहत है जिसका कदे काल हुंदा नहीं। असी जितने भी जीव हाँ सब काल दे अंदर हाँ, काल तो बाहर कोई जो उपजो सो बिन सहै परो आज कै काल, नानक हर गुण गाए ले छाड़ सगल जंजाल, सलोक महला नामा। जो रचना पैदा हुई है उन्हें नाश हो जाने, बाइबल विच भी ये विचार दित्ती गई सी, जितनी तुसी जीव पैदा हुए देख रहे हो उन्हां सबना ने एक दिन मर जाना है। बेशक ओदे विच वड्डे वड्डे पैगंबर भी क्यों ना होन, उन्हां ने भी इस दुनिया तो तुर जाना है, इस संसार ते स्थिर नहीं रहना। और सो काल सभै का बस काल के, एक ही काल अकाल सदा है, बचित्र नाटक दसम ग्रंथ गुरु गोबिंद सिंह जी कहते ने। समा भी काल विच आ जाएगा, समय का भी अंत हो जाना है। बहुत धर्म ग्रंथा विच मिलता है, पुराणा विच योग्या विशिष्ट विच बाइबल विच कुरान मजीद विच, एक ऐसा वक्त आएगा जदों कोई चीज नहीं रहेगी, ना धरती होवेगा ना आकाश होवेगा, जदों महापरलय होवेगी कोई चीज नहीं रहती, नाश हो जावेगा सारा कुछ। जो दिसे सो सगल बिनासे, ज्यो बादर की छाई, जन नानक जग जान्यो मिथ्या, रहयो राम सरनाई। जो कुछ दिसता है नाशवंत है,
ਜਿਵੇਂ ਬੱਦਲਾਂ ਹਵਾ ਦੇ ਨਾਲ ਬੱਦਲ ਵਿਖਾਈ ਦਿੰਦੇ ਨੇ, ਬੱਦਲਾਂ ਦੀ ਜਿਵੇਂ ਛਾਇਆ ਹੈ, ਇਵੇਂ ਸਾਰਾ ਕੁਝ ਨਾਸ਼ ਹੋ ਜਾਣਾ। ਦਸ਼ਮੇਸ਼ ਪਿਤਾ ਜੀ ਨੇ ਸਮਝਾਇਆ, ਬ੍ਰਹਮਾ ਨੇ ਚਲੇ ਜਾਣਾ, ਯੋਗੀ ਸ਼ਿਵਾ ਨੇ ਚਲੇ ਜਾਣਾ, ਵਿਸ਼ਨੂੰ ਜੀ ਨੇ ਚਲੇ ਜਾਣਾ, ਜੋ ਸ਼ੇਸ਼ ਨਾਗ ਉੱਪਰ ਆਰਾਮ ਕਰਦੇ ਨੇ, ਜਿਨ੍ਹਾਂ ਦੀ ਸ਼ੇਸ਼ ਨਾਗ ਹੀ ਸੇਜਾ ਹੈ, ਉਹਨੇ ਚਲੇ ਜਾਣਾ। ਪਰ ਸਾਰੇ ਹੀ ਕਾਲ ਦੇ ਵਸ ਨੇ। ਜਦੋਂ ਮਹਾਂਪਰਲੇ ਹੋਵੇਗੀ, ਨਾ ਧਰਤੀ, ਨਾ ਆਕਾਸ਼, ਨਾ ਹਵਾ, ਨਾ ਪੌਣ, ਨਾ ਪਾਣੀ, ਫਿਰ ਸਮਾਂ ਕਿੱਥੇ ਰਹਿ ਜਾਵੇਗਾ? ਕਿਉਂਕਿ ਜੇ ਦੁਨੀਆਂ 'ਤੇ ਮਾਂ ਆਈ ਤਾਂ ਪੁੱਤਰ ਨੇ ਜਨਮ ਦਿੱਤਾ, ਜੇ ਮਾਲੀ ਸੀ ਤਾਂ ਫਿਰ ਸੁੰਦਰ ਫੁੱਲ ਲਗਾਏ ਗਏ, ਉਗਾਏ ਗਏ। ਜਿਸ ਵੇਲੇ ਇਹ ਸਾਰੀਆਂ ਚੀਜ਼ਾਂ ਨਹੀਂ ਹੋਣਗੀਆਂ, ਸਮਾਂ ਤਾਂ ਆਪਣੇ ਆਪ ਹੀ ਸਮਾਪਤ ਹੋ ਜਾਵੇਗਾ। ਸਮਾਂ ਤਾਂ ਵਜੂਦ ਵਿੱਚ ਆਇਆ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ, ਅਤੇ ਜਦੋਂ ਸ੍ਰਿਸ਼ਟੀ ਹੀ ਨਹੀਂ ਰਹੇਗੀ, ਸਮਾਂ ਵੀ ਉਹਦੇ ਨਾਲ ਹੈ। ਜਦੋਂ ਦਿਨ ਅਤੇ ਰਾਤ ਹੀ ਨਾ ਪਵੇ, ਸਮੇਂ ਦੀ ਗਿਣਤੀ ਕੀ ਕਰ ਲਵਾਂਗੇ ਕਿ ਕਿਤਨੇ ਮਹੀਨੇ ਹੋ ਗਏ, ਕਿਤਨੇ ਦਿਨ ਹੋ ਗਏ? ਜਦੋਂ ਦਿਨ ਹੀ ਨਾ ਆਏ ਗਏ ਤਾਂ ਮਹੀਨੇ ਕਿੱਥੋਂ ਬਣਨਗੇ, ਸਾਲ ਕਿੱਥੋਂ ਬਣਨਗੇ? ਸਮਾਂ ਵੀ ਕਾਲ ਦੇ ਵਸ ਹੈ, ਪਰ ਇੱਕ ਹੀ ਕਾਲ ਅਕਾਲ ਸਦਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਜੋ ਹੈ, ਉਹ ਸਦਾ ਕਾਲ ਤੋਂ ਰਹਿਤ ਹੈ। ਅਤੇ ਇਸ ਲਈ ਮੈਂ ਉਹਨਾਂ ਨੂੰ ਨਮਸਕਾਰ ਨਹੀਂ ਕਰਦਾ ਜਿਨ੍ਹਾਂ ਨੇ ਕੱਲ੍ਹ ਮਿਟ ਜਾਣਾ। ਗੌਤਮ ਬੁੱਧ ਜਦੋਂ ਕਾਲ ਦੇ ਵਸ ਹੋਣ ਲੱਗੇ, ਚਲਾਣਾ ਕਰਨ ਲੱਗੇ, ਤਾਂ ਫਿਰ ਉਹਨਾਂ ਦੇ ਚੇਲਿਆਂ ਭਿਕਸ਼ੂਆਂ ਨੇ ਅਰਜ਼ ਕੀਤੀ, ਹੇ ਗੌਤਮ, ਹੁਣ ਕਿਸ ਦਾ ਦਰਸ਼ਨ ਕਰਾਂਗੇ? ਹੁਣ ਕਿਸ ਤੋਂ ਉਪਦੇਸ਼ ਲਵਾਂਗੇ? ਹੁਣ ਕਿਸ ਦਾ ਚਿਹਰਾ ਸਾਡੇ ਸਾਹਮਣੇ ਵਿਖਾਈ ਦੇਵੇਗਾ? ਤਾਂ ਕਹਿੰਦੇ ਨੇ, ਗੌਤਮ ਬੁੱਧ ਨੇ ਆਖਿਆ, ਮੇਰੇ ਬੁੱਤ ਬਣਾ ਕੇ ਸਾਹਮਣੇ ਰੱਖ ਲਓ। ਔਰ ਉਹਨਾਂ ਬੁੱਤਾਂ ਨੂੰ ਮੰਨਣ ਵਾਲੇ ਬੋਧੀਆਂ ਨੂੰ ਹਜ਼ਾਰਾਂ ਸਾਲ ਪਹਿਲਾਂ ਜਿਸ ਤਰ੍ਹਾਂ ਜਿਉਂਦਿਆਂ ਜਲਾਇਆ ਗਿਆ, ਸਮੁੰਦਰ ਦੇ ਬੇੜੀਆਂ ਵਿੱਚ ਬਿਠਾ ਬਿਠਾ ਕੇ ਸਮੁੰਦਰਾਂ ਦੇ ਵਿੱਚ ਡੋਬਿਆ ਗਿਆ, ਆ 84 ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਇਵੇਂ ਪਤਾ ਲੱਗਦਾ ਹੈ, ਇਵੇਂ ਉਹਨਾਂ ਨਾਲ ਕੀਤਾ ਗਿਆ ਹੋਵੇਗਾ ਜਿਵੇਂ 84 ਵਿੱਚ ਸਾਡੇ ਨਾਲ ਕੀਤਾ ਗਿਆ। ਕਿਉਂਕਿ ਪਾਰੋ ਸੀ ਕਿ ਜੋ ਹੁਆ ਤੂੰ ਆਪਣੇ ਭੀ ਜਾਨ, ਸਲੋਕ ਭਗਤ ਕਬੀਰ ਕੇ। ਤਾਂ ਇਵੇਂ ਉਹ ਬੁੱਤ ਵੀ ਡੋਬ ਦਿੱਤੇ ਗਏ, ਨਿਸ਼ਾਨੀਆਂ ਨਾ ਰਹਿ ਜਾਣ। ਕਿੱਥੇ ਕਿੱਥੇ ਹੁਣ ਮਿਲਦੇ ਨੇ ਗੌਤਮ ਬੁੱਧ ਦੇ ਬੁੱਧ ਪਹਾੜਾਂ ਵਿੱਚ, ਜਿੱਥੇ ਪਹਾੜੀ ਖੋਦ ਬਣਾ ਦਿੱਤੇ ਸਨ। ਇਸੇ ਤਰ੍ਹਾਂ ਉਹ ਬੁੱਤ ਮੰਨਣ ਵਾਲਿਆਂ ਨੂੰ ਵੀ ਡੋਬ ਡੋਬ ਕੇ ਜਿਉਂਦਿਆਂ ਅੱਗ ਵਿੱਚ ਜਲਾ ਜਲਾ ਕੇ ਪੰਡਤਾਂ ਨੇ, ਬ੍ਰਾਹਮਣਾਂ ਨੇ ਬੁੱਧ ਧਰਮ ਨੂੰ ਨਾਸ਼ ਕਰ ਦਿੱਤਾ, ਜਿਵੇਂ ਹੁਣ ਆਪਾਂ ਕੋਸ਼ਿਸ਼ ਆਪਣੇ ਵਿੱਚ ਕੋਸ਼ਿਸ਼ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਵਿੱਚੋਂ ਬਚਾਓ ਕਰਕੇ ਬਾਹਰ ਕੋਈ ਟਿਕਾਣਾ ਮਿਲ ਜਾਵੇ। ਕਿਉਂਕਿ ਜੋ ਪੰਜਾਬ ਪੁਲਿਸ ਦਾ ਕਿਰਦਾਰ ਹੈ, ਬਹੁਤ ਗਲਤ ਹੈ। ਬੇਨਤੀ ਕਰ ਰਿਹਾ ਸਾਂ, ਕਿਉਂਕਿ ਤੁਹਾਡੇ ਵਿੱਚੋਂ ਜਦੋਂ ਆਪਣੇ ਪਿੰਡਾਂ ਵਿੱਚ ਲੋਕ ਜਾਂਦੇ ਨੇ, ਤੁਹਾਨੂੰ ਖੁਦ ਨੂੰ ਅੱਛਾ ਤਰ੍ਹਾਂ ਵਰਤਾਓ ਦਾ ਪਤਾ ਹੈ। ਪਿਆਲਾ ਖੋਸਰੀ ਕਿ ਪੰਜਾਬ ਪੁਲਿਸ ਦਾ ਵਰਤਾਓ ਕਿਸ ਤਰੀਕੇ ਦੇ ਨਾਲ ਹੈ। ਸਰਕਾਰ ਵੱਲੋਂ ਤਾਂ ਜੋ ਜ਼ੁਲਮ ਜ਼ੁਲਮ ਹੈ ਹੀ, ਪੰਜਾਬ ਪੁਲਿਸ ਨੇ ਉਸਨੂੰ ਕਈ ਗੁਣਾ ਜ਼ਿਆਦਾ ਵਧਾ ਦਿੱਤਾ ਹੈ। ਧੋਖੋ ਲੋਕ ਬਚਾ ਕਰਕੇ ਅੱਗੇ ਪਿੱਛੇ ਹੋਣ ਦੀ ਕੋਸ਼ਿਸ਼ ਕਰਦੇ ਨੇ। ਬੁੱਧ ਧਰਮ ਨੂੰ ਮੰਨਣ ਵਾਲੇ ਵੀ ਉਦੋਂ ਲੋਕ ਹਿੰਦੁਸਤਾਨ ਵਿੱਚੋਂ ਦੌੜ ਕੇ ਚੀਨ ਵਿੱਚ ਚਲੇ ਗਏ, ਜਪਾਨ ਵਿੱਚ ਚਲੇ ਗਏ, ਹੋਰ ਜਿਹੜੇ ਨਜ਼ਦੀਕ ਲੱਗਦੇ ਮੁਲਕ ਸਨ ਉਹਨਾਂ ਮੁਲਕਾਂ ਵਿੱਚ ਪਹੁੰਚ ਗਏ। ਥਾਈਲੈਂਡ ਦਾ ਧਰਮ ਅੱਜ ਬੁੱਧ ਧਰਮ ਹੈ, ਜਪਾਨ ਦਾ ਜਿਹੜਾ ਦੇਸ਼ ਦਾ ਧਰਮ ਹੈ ਬੁੱਧ ਧਰਮ ਹੈ, ਹੋਰ ਕਈ ਮੁਲਕਾਂ ਦਾ ਬੁੱਧ ਧਰਮ ਹੈ, ਪਰ ਹਿੰਦੁਸਤਾਨ ਵਿੱਚ ਆਪਨੇ ਕਦੇ ਦੇਖਿਆ ਹੈ? ਇਹ ਤੇ ਡਾਕਟਰ ਅੰਬੇਦਕਰ ਜਿਹੜੇ ਪਹਿਲਾਂ 6 ਕਰੋੜ ਆਪਣੇ ਅਨੁਆਈਆਂ ਨੂੰ ਨਾਲ ਲੈ ਕੇ ਸਿੰਘ ਸੱਜਣਾ ਚਾਹੁੰਦੇ ਸਨ, ਜਦੋਂ ਉਸ ਵਕਤ ਦੇ ਆਗੂਆਂ ਨੇ ਸੋਚਿਆ ਵੀ ਇਹ ਪੜ੍ਹਿਆ ਲਿਖਿਆ ਆਦਮੀ ਹੈ, ਤੇ 6 ਕਰੋੜ ਆਦਮੀ ਜਿਸ ਦੇ ਪਿੱਛੇ ਹੈ, ਜਦੋਂ ਇਹ ਸਿੰਘ ਸੱਜ ਗਿਆ, ਅੰਮ੍ਰਿਤ ਛਕ ਲਿਆ, ਸਾਨੂੰ ਕਿਹਨੇ ਪੁੱਛਣਾ? ਉਹਨਾਂ ਨੇ ਉਹਦੇ ਨਾਲ ਹਰਿਮੰਦਰ ਸਾਹਿਬ ਅਕਾਲ ਤਖ਼ਤ 'ਤੇ ਵਰਤਾਓ ਹੀ ਇਹੋ ਜਿਹਾ ਕੀਤਾ। ਉਹਨੇ ਸੋਚਿਆ ਵੀ ਪਿੱਛੇ ਮੁੜ ਜਾਈਏ ਤਾਂ ਅੱਛਾ ਹੈ। ਉਹ ਬਦਲ ਗਿਆ, ਫਿਰ ਦੂਸਰੇ ਬੁੱਧ ਧਰਮ ਉਹਨੇ ਅਪਣਾ ਲਿਆ, ਵਰਨਾ ਹਿੰਦੁਸਤਾਨ 'ਚ ਬੁੱਧ ਧਰਮ ਕਿੱਥੇ ਸੀ, ਰਹਿ ਗਿਆ। ਤਾਂ ਬੇਨਤੀ ਕਰ ਰਹੇ ਸਾਂ ਕਿ ਉਹ ਮੂਰਤੀਆਂ ਵੀ ਡੋਬ ਦਿੱਤੀਆਂ ਅਤੇ ਬੋਧੀ ਵੀ ਡੋਬ ਦਿੱਤੇ, ਜਲਾ ਦਿੱਤੇ। ਹਜ਼ੂਰ ਕਹਿੰਦੇ ਨੇ, ਮੈਂ ਉਸ ਨੂੰ ਨਮਸਕਾਰ ਨਹੀਂ ਕਰਦਾ।
कल जिस फिर कल किसी होर दी फिर तलाश करनी पवे, क्योंकि कल वह समाप्त हो जाए फिर किसी दूसरे नू ढूंढिए फिर किसी होर दी तलाश करिए। इसलिए ना देवत्या नू नमस्कार है, ना देवियां नू नमस्कार है, ना पीरां नू फकीरां नू पैगंबरां नू अवतारां नू, क्योंकि सबना ने इस दुनिया तो चलिया जाना है, सारे काल दे वस हन। इसलिए मैं नमस्कार करदा हाँ, नमस्तवं अकाले, जो काल तो रहे ता अकाल पुरख वाहिगुरु है, मैं उसनू नमस्कार करदा हाँ। अकाली नाम नाल सिख नू बड़ा सन्मानिया ते सत्कारिया जांदा सी, पर इहदा अखरियत सी जेड़ा काल तो रहे ता अकाल पुरख वाहिगुरु की पूजा करन वाला है, जिहड़ा उस अगे सिर चुकाण वाला है, ओट अकाल की परचा शब्द का दीदार खालसे का, महिमा प्रकाश वार्तक बाबा स्वरूप दास जी पल्ला, जिसके जीवन का यह मनोरथ है उसनू पुराने अज तो कुछ समा पहला अकाली आख्या जाता सी। इसलिए क्योंकि अकाल पुरख वाहिगुरु दे लड़ दशमेश पिता जी ने खालसे नू लाया है। आप कहिंदे ने काल तो रहे ता काल पुरख वाहिगुरु जी नू नमस्कार है जी। नवस्तवं कृपाले, ते जो हमेशा कृपालु है, जो सदा ही दयालु है, उस कृपाले कृपालु स्वरूप अकाल पुरख वाहिगुरु जी नू नमस्तवं नमस्कार है। नवस्तं अरूपे, हां कईयां गुटकियां ते ए दूसरे दो अखरां नाल भी नमस्तवं शब्द लिख दिता है, जो मुनासिब नहीं, इथे नहीं लिखिया, ठीक ही है। हाँ, नमस्तं अरूपे, हे रूपा तो रहत तैनु नमस्कार है। नमस्तं अनूपे, हे उपमा तो रहत, क्या उपमा तेरी आखी जाए, तू सर्वे पूर रहया लिव लाए, आसा महला पहला, तेरी उपमा नहीं कही जा सकती। उपमा जात न कही मेरे प्रभ की, उपमा जात न कही तजियान शरण गही, बिलावल महला पंजवा अष्टपदिया, उदी उपमा नहीं कही जा सकती, उपमा हो ही नहीं सकती, उनु कोई उपमा सी दे ही नहीं सकते, क्योंकि ओ जैसा है वो आप ही है। महाकवि भाई संतोख सिंह जी ने कहा, आपे उपमेय पुन आपे उपमान है, वो आपे उपमा है ते आपे उपमेय जिसनु उपमावां दित्तियां जान, ये उपमा तो रहत आप जी नु नमस्कार है जी। नमस्तं अपेखे, हे पेखा तो रहत, बनावट बनान दी जरूरत है मुलम्मे नु, कमजोर आदमी बनावट करता है, जिस दे अंदर असलियत ना होवे ओ बनावट करन दी कोशिश करेगा, पर जो खुद सोने नु बनावट दी की जरूरत, पार ब्रह्म परमेश्वर नु कोई बनावट दी जरूरत नहीं। हे पेखा तो रहत अकाल पुरख वाहिगुरु जी आप जी नु नमस्कार है जी। नमस्तं अलेखे, हे सारे जितने जीव ने सब लेखे विच हन, सर्ब जिया सिर लेख तुराहु, बिन लेखे नहीं कोई जियो, आप लेख कुदरत कर देखै, हुक्म चलाए सोई जियो, सोरठ महला पहला, लेखा तो रहत हिसाब किताब तो रहत, हिसाब किताब है, एक रुपए का हिसाब किताब भी है भी सौ पैसा, शायद सौ पैनी होवेगी, इधर का तो मैं पूरा हिसाब नहीं, सौ पैसा कहंदे ने हिसाब एक रुपए का भी है, सौ हिसाब करोड़ का भी है, लेखा अरबां का भी है, खरबां का भी है, हर चीज जेड़ी है वो लेखे विच है। ए अकाल पुरख वाहिगुरु तू लेखे तो रहत है, नमस्तंग अलेखे, लेखे तो रहत, हिसाब किताब तो रहत अकाल पुरख वाहिगुरु जीओ आप जी नू नमस्कार है। नमस्तं अकाये, असी जितने हां काया वाले हां, कायो देवा कायो देवल, कायो जंगम जाति, कायो धूप दीप नहीं बेता, कायो पूजो पाती, हां ए इस विचार मुताबिक भगत जी ने बयान किया है, समझाया है कि ए पीपा जी कहते ने सब कुछ देह दे अंदर है, असी देहां विच हां, ऐसे बजे हां, क्योंकि एक लोहे का संदूक है ज चमड़े का ज कपड़े का, चीज पाओगे रख दोगे फिर कढ़ लो जदों मर्जी, पर साडे आत्मा नूं पार ब्रह्म परमेश्वर ने एक अजिहे संदूक विच पा दिता है, जिस वे जदों कढ़न लगता है की मजाल है कि यह काया ये आत्मा ये विचों निकलना चाहे, निकलना पसंद नहीं करती,
हालांकि जिन्हें रखिया ओदी मर्जी उपर छड़ना चाहिदा सी भी जदों चाहे कढ़ लवे जदों चाहे रख लवे पर एक आत्मा जिंद इस देह दे बक्से विचों निकलना नहीं चाहती। बाहरों जदों असी देखते हाँ तां लोग सानू देह ही समझते ने शरीर ही समझते हैं इसलिए तू काया तो रहत है नमस्तंग अकाय काया तो रह दे तो रहत वाहिगुरु तैनू नमस्कार है नमस्तंग अजाए हाँ अजाए सब जीव पैदा हुए ने पैदा होने तो रहत अकाल पुरख वाहिगुरु अजाए जन्म तो पैदा होने तो रहत अकाल पुरख वाहिगुरु आप जी नू नमस्कार है सब थावां नाल बद्धे हुए ने जगावां तो शरीरां तो रहत अकाल पुरख वाहिगुरु आप जी नू नमस्कार है नमस्तंग अगंजे अगंजे गंजे कहंदे ने कटना एक ओ गंजे ने जिन्हां दे सिर उपर कुदरत वल्लों ही केस थोड़े होण ते ओ भी थोड़े समय बाद घसांदियां घसांदियां कटांदियां कटांदियां समाप्त हो जान उहनू भी गंजे कहंदे ने और गंज खजाने नू भी कहंदे सन। एक सीस दिता गुरु तेग बहादुर जी ने 1675 ईस्वी नूं पार पंथ ने कौम ने सिखी ने अस्थान दा नाम रखिया सीस गंज। सचमुच इस अस्थान तो प्रेरणा लैके सिखा ने गुरु तेग बहादुर जी दे कदमां विच लखां सिरां दे गंज खजाने कट्ठे कर दिते ढेर लगा दिते। जिहड़ी कोई थोड़ी बहुती विचार सी वह 84 विच मुकम्मल हो गई संपूर्णता हो गई। इउं ढेर लगा दिते गुरु दे साधकां ने गुरुद्वारा सीस गंज तो प्रेरणा लैके गुरु तेग बहादुर जी दे कदमां विच सिरां दे ढेर लगा दिते सिरां दे खजाने बना दिते। पर हे अकाल पुरख वाहिगुरु नमस्तंग अगंजे कटण तो रहत अकाल पुरख वाहिगुरु तैनू नमस्कार है तैनू कोई गंज कट नहीं सकता नाश नहीं कर सकता तैनू नमस्कार है। नमस्तंग अपंजे हर चीज भन्नी जाती है। बड़ा अभिमान सी बड़ी हौमे सी बड़ी खुदी सी वड्डी परजाई वड्डे भरा दी पत्नी तां मां समान सी महानता है लक्ष्मण उन्हें आख्या सी प्रभो मैं नहीं पहचान सकता आ जो कुछ निशानियां जो हनू लेके आया है मैं ता कोई ओ चीज ही पहचान के दस सकांगा जेड़ी मां जी ने अपने चरणा विच पाई होवेगी कदमा विच पाई होवेगी। कोई कदमा दी निशानी है मां जी दी यानी वड्डी परजाई सीता नू माता जी कहंदे सन ते मैं दस सकदा हां पर ये जो निशानियां ने मैं नहीं पहचान सकता क्योंकि मैं माता जी दे चरणा तो इलावा कदे ना दा चेहरा ना हाथ देखे ने ना मां दे मैं कदे चेहरा देखा है मैं नहीं पहचान सकता। वड्डी परजाई तां मां समान सी पर दुर्योधन ने बड़े अभिमान दे नाल आख्या सी ऐ द्रौपदी मैं तैनू अपने पट्ठां दे उपर बैठावांगा क्योंकि तेरा किरदार जेड़ा है वह मेरे सामने है मैं जो तू कुछ कहा सी ओदा बदला चुकाना है ते पर भीम ने उस वेले प्रतिज्ञा कीती सी मैं सुगंध खांदा हाँ भगवान दी कि जदों तक अपनी गुरज नाल मैं तेरे ये पट चूरा चूरा नहीं कर देवांगा उदों तक मैनू शांति नहीं प्राप्त होवेगी उदों तक अपना शरीर नहीं त्यागांगा। उन्हें कहा सी जाओ ए मूर्खा भीमिया तू मेरा की बिगाड़ सकता है तू तो मूर्ख आदमी तेनू तो अकल ही कोई नहीं बेअकल है क्योंकि बहुते लोग शरीरक बलवान लोगों बेअकल ही कहते हैं भी इन्हों अकल उकल कोई नहीं होंगी पर वक्त आने तो पता लग गया अकल दुर्योधन सुनू सी जा भीम नू सी। हाँ हे अकाल पुरख वाहेगुरु अपंजे दे संबंध में बेनती की जा रही है कुरुक्षेत्र के युद्ध क्षेत्र अंदर भीम ने अपनी गुरज के नाल वक्त आया दुर्योधन दा शरीर और उहदे पट अपनी गुरज के नाल चूरा चूरा कर दिते सन भन दिता तोड़ दिता पाश पाश कर दिता। पर हे अकाल पुरख वाहिगुरु अजे तक ना कोई भीम पैदा होया
ना किसे भीम दी गुरज पैदा हो सकी है जो तैनू टुकड़े टुकड़े कर देवे भन देवे। तू एक भीम नहीं लखां ते करोड़ां भीमां नू पुरजा पुरजा कर दिता है, मिट्टी विच मिला दिता है। इसलिए नमस्तंग पंजे भनण तो रहत वाहिगुरु तैनू नमस्कार है जी। नमस्तंग अनामे, हाँ हर मनुख दा नाम है ते अनगिनत नामा वाले अनगिनत जीव हन, क्योंकि जो जीव है ओदा नाम रखिया गया है। कुछ नाम मां बाप रखदा है ते कुछ नाम लोक रखदे ने। लोगां दा नाम ओह रखिया हुंदा जो आदमी दा कर्म हुंदा है, जो आदमी दा सुभाव हुंदा है। भावें आदमी दा रंग कितना होवे, रंग कैसा होवे, साफ सुथरा होवे, पर जे उहदे कर्म अच्छे ना होण तां लोग कहणगे उह काले मूंह वाला आया सी, चुक के लै गया होवेगा जिहड़ी चीज़ नहीं मिलदी। रंग तां काला कोई नहीं सी पर कर्म काले सन, इसलिए काले मूंह वाला कह दिता। होर भी बहुत सारियां पक्खां तों असीं कह देवांगे, कह सकांगे, विचार कर सकांगे। जिवें चानण सिंह सारी जिंदगी आदमी ठोकरां खांदा रहे, नाम असां रख दिता चानण सिंह। भावें कुरूप होवे आखे जी सूरत सिंह है, सूरत भावें ना होवे, ना सीरत होवे, ना सूरत होवे, ये नाम जेड़े ने। चंदन सिंह भावें शराब की बू दूरों दूरों तक आवे, जेड़े लोग तंबाकू पीते हैं तुहाडे कोल दी लंघणगे तुहानू बदबू आवेगी। शराबी आदमी जदों घर आंदा है बदबू आवेगी, तुहाडे कोल दी लंघेगा बदबू आवेगी। नाम आखे जी चंदन दास रख दिता, दीपक राम नाम रख दिता। भावें सारी जिंदगी अंधेर अंधेरे विच रहे, अंधेरे विच भरमदा रहे, भटकदा रहे, तां बेनती कीती जा रही सी सारे जीवां दे नाम ने, पर अकाल पुरख वाहिगुरु नमस्तंग अनामे, हे नामां तो रहित, हे अकाल पुरख वाहिगुरु तेरा निश्चित तौर ते कोई नाम नहीं। युगां युगां विच तेरे वखरे वखरे नाम हन, समय समय नाल तेरे वखरे वखरे भिन्न भिन्न नाम हन, पर वास्तविक तेरा कोई भी नाम नहीं। क्योंकि जदों महापरलय हो जाएगी कोई नाम लैण वाला बाकी रहेगा नहीं, फिर कोई केड़ा नाम लैके पुकारेगा, केड़ा नाम लैके कोई बयान करेगा। हे नामा तो रहत अकाल पुरख वाहिगुरु तैनू नमस्कार है। जिस भी नाम नाल पुकारो ओह वाहिगुरु दा नाम हो गया जी। नवास्तम अठामे, हे था थामा तो रहत, थामे थाम ठहरा, ठहरन वाले थाओ, थामा तो रहे तकाल पुरख वाहिगुरु तैनू नमस्कार है, प्रणाम है। काबे वाले ने वालिया ने इसे लिए वर्ताओ गलत कीता सी हजूर नाल, भी ये ते खुदा दा कारे और खुदा सिर्फ मुसलमाना दा है। हजूर ने जवाब विच फरमाया सी, काजी खुदा तो सर्वव्यापक है, खुदा तो इलावा तो कोई था नहीं, पर देखो असी इत्थे आए हाँ, तुसां साडे नाल जो वर्ताओ कीता तुहानू बण आंदा है, तुहानू ते चाहीदा सी खुदा दे घर जो भी आवे उहदी खिदमत करो, उहनू लंगर छकाओ, प्रशादा छकाओ, नगन है तां वस्त्र देहो, पर तुसी ते जो वर्ताओ कीता मुनासिब नहीं। देखो जदों मेरे सिखां नू खुदामंद करीम राजे बनावेगा, राज भाग दी दात बख्शिश करेगा, दुनिया विच कोई नंगा नहीं रहेगा, कोई भुखा नहीं रहेगा। हजूर ने इस गोश्त विच मक्के दी गोश्त विच ये भी कहा सी, नदियां जेड़ियां ने दुध दियां वगणगियां, कि उहदा दुध दा अन्न दा कोई काटा नहीं रहेगा। वृक्ष फल बहुत देणगे, जेड़ी धरती है वह मेवे बहुत सारे देवेगी। दुनिया विच जदों अकाल पुरख वाहिगुरु खुदावंद करीम मेरे प्यारियां सिखां नू राज बख्शेगा, वह दुनिया विच किसे नू नंगा नहीं रहन देणगे, दुनिया विच किसे नू भुखा नहीं रहन देणगे। गवर्नमेंट ऑफ इंडिया दे हिसाब मुताबिक अजे भी 3 हिस्सा लोग ने हिंदुस्तान दे ने जो गरीबी दी रेखा तो हद तो नीचे ने, और हिंदुस्तान दियां दा तीसरा हिस्सा ऐसियां औरतां ने जिन्हां दे पास सिर्फ एक कपड़ा है, ओहो ही कपड़ा धो के उस वेले हवा में सुका के अपना जिसम कढ़ना है। शहरां विच अमीरी ना देखो, दिल्ली दी अमीरी ना देखो, नेहरू परिवार दी लुट कसुट दी अमीरी ना देखो, वजीरां दी लुट कसुट दी अमीरी ना देखो, आ कितने स्कैंडल निकल रहे ने पिया लाखो श्री। चंद घराणियां दी अमीरी वल ना देखो, अमीरी देखनी है तां पिंडां वल जाके देखो। ताहियों ते लालू प्रसाद यादव कहिंदा है,
इस प्रांत विच क्यों अमीर गरीबी है, जदों के दे विच सारे वसीले ने, तातां कोला उत्थों लोहा उत्थों कई चीज़ां निकलदियां ने। पता है बिहार विच गरीब लोग की करते ने, कदे स्टेशनां ते जाओ, छोटे शहरां विच जाओ, चनिया दे वेसन दे लड्डू बने हुए मिलणगे तुहानूं, रुपए दे अजकल चार मिलते होणगे जां दो मिलते होणगे, क्योंकि हुण बहुत महंगाई हो गई। लोग रोटी नहीं खा सकते, वह दो लड्डू लै लैणगे, खा के उपरों पानी पी के अपना पेट भर लैणगे। ये साडे देश की तस्वीर है। और लोग मंगते तुहानूं मिलणगे ते नाले कहिंदे सुणोगे, देने वाले का भला ना देने वाले का भला, दे दे भूखे पेट को रोटी का टुकड़ा। दशमेश पिता जी का पावन गुरपुरब से गुरद्वारा रकाबगंज साहब, क्योंकि ये गुरपुरब गुरद्वारा श्री रकाबगंज साहब मनाया जाता है। हुण तो सारे गुरपुरब ही उत्थे मनाए जाते ने 84 तो बाद, क्योंकि श्रीमान सेवा दे पुंज संत बाबा हरबंस सिंह जी कार सेवा वालिया ने लखी शाह बंजार आ हाल एडा वड्डा बना दिता है, जिहदे विच तकरीबन लख संगत बैठ के कथा कीर्तन का आनंद माण सकती है। और नाले हिफाजत नूं सेफ्टी नूं मुख रख के भी हुण सारे गुरपुरब उत्थे मनाए जाते हैं। पर 84 तो पहलां दी अर्ज कर रहा, उदों दशमेश पिता जी का गुरपुरब गुरद्वारा रकाबगंज मनाया जाता सी। शहीदी गुरपुरब गुरु तेग बहादुर जी का एक दिन शीशगंज साहब, एक दिन रकाबगंज, बाकी दे गुरपुरब गांधी ग्राउंड गुरद्वारा शीशगंज ही मनाए जाते सन। तो कथा गुरद्वारा प्रबंधक कमेटी वालों गुरपुरब ते इस दीवान विच कथा सी, कथा तो बाद बाहर निकलिया लंगर शुरू सी। ते जिथे संगतां पतलां सुटी जांदियां सन, उत्थे कुछ गरीब औरतां 20-25 पतलां चुण विचों टुकड़े जेड़े बचे, जेड़े प्रसाद लंगर असी नहीं छकदे। लंगर गुरु का प्रसाद है, जितना छकना है हिसाब नाल लईए, झूठ ना जाया जावे। जेड़ा झूठ छगे छड़ेगा, पुरानी साड़ी मर्यादा सी, उस सिख नूं तनखाइया कहिंदे सन, प्याला खोस। इत्थे जदों देखीदा है उन्हां छकदे नहीं साडे बच्चे, सियाणे भी कई वारी जिन्हां विच झूठा छड़ देंदे, अन्न जाया हुंदा है, लंगर दा अपमान है। इसलिए लंगर जदों लैणा है सत्कार नाल और ख्याल नाल, कि झूठा ना रह जावे। और जिहड़ा लंगर छकिया नहीं सी, जिहड़े टुकड़े जले हुए जा नहीं सन खाधे, वह टुकड़े वह ग्राहियां प्रसादे दियां उठाई जा रहे सन। एक बजुर्ग ने मेहरस की, माता जी ये तो झूठ है, तुसी ये क्यों उठा रहे हो, आप क्या करोगे। अपने पेट वे हाथ रख के कहन लगी, भूखा है ना, कभी कभी खाना नहीं मिलता बाबा, हम भूखे हैं, यहाँ से उठा के ले जाएंगे और कितने रोज अपने पेट नूं फिर भर लवेंगे, खा लवेंगे, संभाल लवेंगे। ये हालत है। इस वास्ते वो जो अकाल पुरख वाहगुरु है, ओदी कोई ठा ओदा कोई निश्चित एक टिकाणा नहीं। असी इत्थे आए हाँ, तुसां अपमान कीता है, पर जदों मेरा अकाल पुरख वाहगुरु मेरिया सिखां नूं राज देवेगा रुकन दीन, उदों दुनिया भर विच कोई नंगा मनुख नहीं देखोगे, कोई भुखा मनुख नहीं देखोगे। अज भी असी देखते हाँ। सो लंगर की महानता सिर्फ इन्ने विच ही नहीं कि असी आईए अपने रिश्तेदारां नूं बुला लईए, बस जी लंगर हो गया। लंगर उस दिन सार्थक सफल होवेगा जिस दिन जितने असी लंगर छकीए उतने होर लोग, दूसरे धर्मां दे लोग भी आके गुरु का लंगर छकन, प्याला खोस। फिर उन्होंने पता लगे भी एक ऐसा धर्म है, इस दे धर्म की साधना करने वाले ने, इसनों कितने गुण बख्शिश किए ने। और गुरु नानक देव जी ने 20 रुपया दी, 20 रुपए जो जमा किए ने इस लंगर वास्ते, दो चार मनुखां की गल नहीं, 10 मनुखां की गल नहीं, सारा संसार भी गुरु नानक देव जी दे लंगर विच लंगर छकन लग पवे, फिर भी घाटा नहीं आवेगा, तोटा नहीं आवेगा, तोट ना आवे, वद दो जाई गौड़ी महला पंजवा, हे थावां तो रहत। अकाल पुरख वाहिगुरु तैनू नमस्कार है, क्योंकि तू सर्व व्यापक है, जिस पासे नजर निगाह नजर आवे, जिस पासे नजर उठे, जिस पासे निगाह उठन, बस तू उस पासे नजर आंदा है, बस आप नजर आए हमने जिधर देखा। सिर्फ काबे वल देख के ही
ਜਾਂ ਜਗਨਨਾਥ ਵੱਲ ਦੇਖ ਕੇ ਹੀ ਨਹੀਂ, ਪੂਰਬ ਤੇ ਪੱਛਮ ਵੱਲ, ਉੱਤਰ ਤੇ ਦੱਖਣ ਵੱਲ ਹੀ ਤੇਰਾ ਥਾਂ ਨਹੀਂ। ਹੇ ਥਾਵਾਂ ਤੋਂ ਰਹਿਤ ਤੇ ਸਾਰੇ ਥਾਵਾਂ ਵਾਲੇ ਸਰਬ ਵਿਆਪਕ, ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ। ਹਾਂ, ਦਿਲ ਦੀ ਗਹਿਰਾਈ ਤੋਂ ਜਦੋਂ ਅਸੀਂ ਸਜਦਾ ਕਰਾਂਗੇ, ਜਦੋਂ ਸਿਰ ਝੁਕਾਵਾਂਗੇ, ਬਸ ਜਿੱਥੇ ਵੀ ਸਿਰ ਰੱਖ ਦੇਵਾਂਗੇ, ਜਹਾਂ ਪਰ ਸਜਦਾ ਕੀਆ ਹਮਨੇ ਵਹਾਂ ਹੀ ਕਾਬਾ ਆ ਗਿਆ। ਜਿੱਥੇ ਸਿਰ ਰੱਖਿਆ, ਮਾਲਕ ਦੇ ਕਦਮਾਂ ਤੇ ਸਿਰ ਰੱਖਿਆ। ਬੇਨਤੀ ਇੱਕ ਜ਼ਰੂਰ ਕਰਾਂਗਾ ਕਿ ਜਿਸ ਵੇਲੇ ਬੱਚੇ ਨੂੰ ਨੀਂਦ ਨਹੀਂ ਆਉਂਦੀ, ਕਿ ਦਿਨ ਨੂੰ ਜ਼ਿਆਦਾ ਸੌਂ ਲੈਂਦਾ ਜਾਂ ਰਾਤ ਨੂੰ ਜ਼ਿਆਦਾ ਸੌਂ ਲੈਂਦਾ, ਮਾਂ ਆਪਣੇ ਕੰਮ ਕਾਜ ਮੁਕਾਉਣਾ ਚਾਹੁੰਦੀ ਹੈ, ਉਹਨੂੰ ਨੀਂਦ ਨਹੀਂ ਆਉਂਦੀ, ਉਹ ਕੰਮ ਨਹੀਂ ਕਰਨ ਦਿੰਦਾ, ਅਤੇ ਮਾਂ ਉਹਨੂੰ ਪਕੜ ਕੇ ਗੋਡੇ 'ਤੇ ਰੱਖ ਕੇ ਉਹਦਾ ਸਿਰ ਜਦੋਂ ਥਪਕੀਆਂ ਦਿੰਦੀ ਹੈ, ਥਾਪੜਦੀ ਹੈ, ਉਹਨੂੰ ਨੀਂਦ ਆ ਜਾਂਦੀ। ਕਿਉਂਕਿ ਜਿਹੜੀ ਨੀਂਦ ਬੱਚੇ ਨੂੰ ਸੁੰਦਰ ਵਿਛਾਉਣਿਆਂ 'ਤੇ, ਸੁੰਦਰ ਪਲੰਘਿਆਂ 'ਤੇ ਨਹੀਂ ਆਉਂਦੀ, ਉਹ ਮਾਂ ਦੇ ਗੋਡੇ ਉੱਪਰ ਆ ਜਾਂਦੀ ਹੈ। ਜਦੋਂ ਸਿੱਖ ਸਮੇਂ, ਜਦੋਂ ਅਸੀਂ ਸਮਈਏ, ਜਦੋਂ ਆਰਾਮ ਕਰਨ ਲੱਗੀਏ, ਕੀਰਤਨ ਸੋਹਲੇ ਦਾ ਪਾਠ ਕਰਕੇ, ਅਸੀਂ ਇਹ ਨਾ ਸੋਚੀਏ ਸਰਾਣੇ ਉੱਪਰ ਸਿਰ ਰੱਖਿਆ ਹੋਇਆ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਸਿਰ ਰੱਖ ਕੇ ਸਮਈਏ, ਫਿਰ ਦੇਖਣਾ ਰਾਤ ਕੈਸੀ ਬਸਰ ਹੁੰਦੀ, ਫਿਰ ਦੇਖਣਾ ਨੀਂਦ ਆਉਂਦੀ ਹੈ ਕਿ ਨਹੀਂ, ਸਰੀਰ ਹਲਕਾ ਹੁੰਦਾ ਹੈ ਕਿ ਨਹੀਂ, ਦਿਮਾਗ ਅਤੇ ਸਿਰ ਹਲਕੇ ਫੁਲਕੇ ਹੁੰਦੇ ਨੇ ਕਿ ਨਹੀਂ, ਪਰ ਸਾਨੂੰ ਖਿਆਲ ਕਿੱਥੇ ਆਉਂਦਾ ਹੈ, ਔਰ ਇਹ ਵਿਚਾਰ ਕਿੱਥੇ ਆਉਂਦੀ ਹੈ ਕਿ ਜਦੋਂ ਅਸੀਂ ਸੌਣਾ ਹੈ, ਹਮ ਹਰ ਕੇ ਬਾਲਕ ਬਣ ਕੇ ਸੌਣਾ ਹੈ, ਔਰ ਗੁਰੂ ਦੇ ਚਰਨ ਕਮਲਾਂ ਦੇ ਉੱਪਰ ਆਪਣਾ ਸਿਰ ਰੱਖ ਕੇ ਸੌਣਾ ਹੈ। ਜਦੋਂ ਇਹ ਭਾਵਨਾ ਆ ਜਾਵੇਗੀ, ਫਿਰ ਸਾਡੀ ਵੀ ਕੀਤੀ ਹੋਈ ਨਮਸਕਾਰ ਪ੍ਰਵਾਨ ਹੋਵੇਗੀ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਮੇਂ ਨਾਲ ਸੰਪਾਪਤੀ ਹੈ। ਫਿਰ ਬੇਨਤੀ ਕਰਾਂਗਾ, ਮਹਾਂਪੁਰਸ਼ਾਂ ਦਾ ਸਥਾਨ ਹੈ, ਜ਼ਿੰਦਗੀ ਭਰ ਦਾ ਜੋ ਕੁਝ ਸੀ, ਜੋ ਕੁਝ ਤਜ਼ਰਬਾ ਸੀ, ਜੋ ਨਿਸ਼ਾਨਾ ਸੀ, ਕੋਈ ਪੁੱਤਰਾਂ ਲਈ ਬਣਾ ਜਾਂਦਾ, ਕੋਈ ਧੀਆਂ ਲਈ ਬਣਾ ਜਾਂਦਾ, ਕੋਈ ਦੂਰੋਂ ਪਾਰੋਂ, ਇਹ ਵੀ ਸਮਾਜ ਹੁੰਦਾ ਜੇ ਵਾਹਿਗੁਰੂ ਨਾ ਕਿਸੇ ਨੂੰ ਬੱਚਾ ਬੱਚੀ ਦੇਵੇ, ਉਹ ਹੋਰ ਕਿਸੇ ਦਾ ਮੰਗ ਮੁੰਗ ਕੇ ਆਪਣਾ ਬਣਾ ਲੈਂਦਾ। ਜ਼ਰਾ ਦਿਲ ਹਲਕਾ ਹੋ ਜਾਵੇ ਵੀ ਕੋਈ ਤਾਂ ਆਪਣਾ ਇਸ ਦੁਨੀਆਂ ਵਿੱਚ ਹੋਵੇ। ਪਰ ਨਾਮ ਰਸੀਆਂ ਮਹਾਂਪੁਰਸ਼ਾਂ ਦਾ ਇਹੋ ਹੀ ਜੀਵਨ ਹੁੰਦਾ ਹੈ, ਉਹ ਕਿਸੇ ਆਪਣੇ ਲਈ ਨਹੀਂ, ਜੋ ਕੁਝ ਬਣਾਉਂਦੇ ਨੇ ਵਾਹਿਗੁਰੂ ਅਤੇ ਵਾਹਿਗੁਰੂ ਦੀਆਂ ਸੰਗਤਾਂ ਵਾਸਤੇ ਬਣਾਉਂਦੇ ਨੇ। ਇਸ ਲਈ ਬੇਨਤੀ ਕਰਾਂਗਾ, ਮਹਾਂਪੁਰਸ਼ਾਂ ਦੀ ਮੌਜੂਦਗੀ ਵਿੱਚ, ਹਾਜ਼ਰੀ ਵਿੱਚ ਇੱਕ ਮਹਾਂਪੁਰਸ਼ ਦਾ ਸਾਲਾਨਾ ਯਾਦ ਸਮਾਗਮ ਇਹ ਸਪਤਾਹ ਕੇ ਵੀਕ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਕੱਲ੍ਹ ਨਾਲੋਂ ਭਾਵੇਂ ਆਪ ਜੀ ਦੀ ਗਿਣਤੀ ਜ਼ਿਆਦਾ ਹੈ, ਦੁੱਗਣੀ।